ਦਿਆਲਾ ਤੇ ਮਤੀਦਾਸ ਜੀ ਗੁਰੂਆਂ ਦੇ ਨਾਲ ਹੈ, ਜਾਣੀ ਸਰੋਵਰ ਤੋਂ ਆਏ ਮੁਰਾਲ ਹੈ, ਐ ਜਾਂਦੇ ਦੋਵੇਂ ਜਾਣੀ ਮਾਨਸਰ ਸਰੋਵਰ ਤੋਂ ਅੰਤ ਆਏ ਹੈ। ਉਹ ਦੋਵਾਂ ਦੇ ਸੂਰਜ ਸਮ ਦਮਕਾ ਦਿੰਦੇ ਤਿੰਨਾਂ ਦੇ ਪਾਲ ਹੈ, ਜਿਹੜੇ ਮਸਤ ਹੈ ਸੂਰਜ ਦੀ ਤਰ੍ਹਾਂ ਚਮਕਦੇ ਹੈ, ਮਰਨੇ ਦਾ ਸਿੰਘ ਪਿਆਰੇ ਪੈਣਾ ਫਿਰ ਖਾਂਦੇ ਆ, ਪੜ੍ਹਦੇ ਗੁਰਬਾਣੀ ਦੋਵੇਂ ਖੁਸ਼ੀਆਂ ਵਿੱਚ ਜਾਂਦੇ। ਬਹੁਤੇ ਤਾਂ ਰੰਗ ਕੇ ਲੀੜੇ ਸਿੱਖ ਸਵਾਉਂਦੇ, ਕਰਕੇ ਦੇ ਬਗਲੇ ਵਾਲੀ ਭਗਤੀ ਵਿਖਾਉਂਦੇ ਆ, ਪਰ ਸਿੱਖੀ ਦੇ ਮਾਰਗ ਸਿੱਖੋ ਔਖੇ ਪਿਆਉਂਦੇ ਆ, ਜਾਨ ਤਾਂ ਰੱਖਣੀ ਪੈਂਦੀ ਉੱਪਰ ਹਥੇਲੀ ਦੇ। ਹਸਨ ਦਿਨ ਸੱਯਦ ਲੈ ਕੇ ਆ ਗਿਆ ਵਿੱਚ ਦੇਲੀ ਦੇ, ਤਿੰਨੇ ਤਾਂ ਲੰਘੇ ਜਾਂਦੇ ਵਿੱਚ ਦੀ ਬਾਜ਼ਾਰ ਦੇ, ਕਰ ਲੈ ਜੋ ਦਰਸ਼ਨ ਆ ਕੇ ਤਪ ਦੇ ਦਿਲਸਾਰ ਦੇ, ਤਿੰਨੇ ਵਿੱਚ ਹਾਜ਼ਰ ਕਰਕੇ ਜਾ ਕੇ ਦਰਬਾਰ ਦੇ ਅੱਗੇ ਔਰੰਗਜ਼ੇਬ ਦੀ ਲੱਗੀ ਕਚਹਿਰੀ, ਹਸਨ ਦੀਨ ਨੇ ਜਾ ਕੇ ਤਿੰਨੇ ਪਜਾ ਤੇ। ਉੱਠ ਕੇ ਔਰੰਗਜ਼ੇਬ ਨੇ ਆਦਮ ਮਨਾਇਆ ਹੈ, ਤਿੰਨਾਂ ਨੂੰ ਆਸਣ ਦੇ ਕੇ ਉੱਪਰ ਬਹਾਇਆ, ਪਰ ਗੁਰੂਆਂ ਦਾ ਰੂਪ ਸਭਾ ਦੇ ਅੰਤਰਗਤ ਛਾਇਆ ਹੈ, ਜਾਣੀ ਸ਼ਰੀਰ ਸਿੰਘਾਂ ਦੇ ਚੰਨਣ ਦੀ ਗੇਡੀ ਦੇ। ਹਸਨ ਦੀਨ ਸੱਯਦ ਲੈ ਕੇ ਆ ਗਿਆ ਵਿੱਚ ਦੇਲੀ ਦੇ, ਆ ਕੇ ਜੋ ਆਸਣ ਦੇ ਔਰੰਗਜ਼ੇਬ ਬਾਦਸ਼ਾਹ ਨੇ ਬੁਆਏ ਅਦਬ ਕਰਿਆ, ਸਾਰੀ ਦਿੱਲੀ ਸੀ ਜਿਹੜੀ ਉਹ ਵੇਖਣ ਵਾਸਤੇ ਆਈ ਵੀ ਕਿ ਹਿੰਦੂਆਂ ਦਾ ਪੀਰ ਆਇਆ, ਸਾਰੀ ਹਨੁਮਾਨ ਨੇ ਭੇਜਿਆ, ਚਲੋ ਪਹਿਲਾਂ ਉਹਦਾ ਦਰਸ਼ਨ ਤਾਂ ਕਰੀਏ। ਨਰ ਨਾਰੀ ਜਿਤਨੇ ਮੁਸਲਮਾਨ ਸਾਰੇ ਔਰੰਗਜ਼ੇਬ ਦੀ ਕਚਹਿਰੀ ਦੇ ਚਾਰ ਇਕੱਠੇ ਹੋਏ ਬੈਠੇ ਹੈ। ਏਕ ਉਮਰ ਨਰਪਾਲ ਨੇ ਕਰੀ ਖੜੀ ਦਿਖਲਾਏ, ਗੁਰੂਆਂ ਨੇ ਤੈਅ ਕਰਦੀਆਂ ਗਿਆ ਦੇਖ ਘਬਰਾਏ। ਜਦੋਂ ਸੇਵਾ ਕਰੀ ਆਸਣ ਦਿੱਤੇ, ਔਰੰਗਜ਼ੇਬ ਬਾਦਸ਼ਾਹ ਨੇ ਇੱਕ ਉਂਗਲ ਖੜੀ ਕਰੀ, ਉਹਨੇ ਤਿੰਨ ਕਰਤੀਆਂ ਗੁਰੂ ਤੇਗ ਬਹਾਦਰ ਜੀ ਨੇ। ਪੀਰ ਜੀ ਇਹਨਾਂ ਤਿੰਨਾਂ ਉਂਗਲਾਂ ਦਾ ਕੀ ਮਤਲਬ ਹੈ? ਪਾਦੇ ਬਾਦਸ਼ਾਹ ਇੱਕ ਉਂਗਲ ਦਾ ਕੀ ਮਤਲਬ ਹੈ? ਉਹਦਾ ਇੱਕ ਤਾਂ ਮੈਂ ਦੱਸਦਾ, ਉਹਦਾ ਫਿਰ ਤੈਨੂੰ ਅਸੀਂ ਤਿੰਨਾਂ ਦਾ ਵੀ ਦੱਸਾਂਗੇ। ਹੁਣ ਉਹ ਬਾਦਸ਼ਾਹ ਔਰੰਗਜ਼ੇਬ ਹੰਕਾਰ ਦੇ ਵਿੱਚ ਕਹਿੰਦਾ, ਮੈਂ ਇੱਕ ਉਂਗਲਿਓਂ ਖੜੀ ਕਰਦਾ, ਦੋ ਦੀਨ ਅੱਗੇ ਹਿੰਦੂ ਔਰ ਮੁਸਲਮਾਨ ਮੈਂ ਇੱਕ ਕਰ ਦੂੰ। ਤੇ ਹੰਕਾਰ ਦੇ ਵਿੱਚ ਕੜਕਦਾ ਸਭਾ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕਹਿੰਦਾ, ਦੇਖਾਂ ਵਾਲਾ ਏਕ ਉਂਗਲ ਨਰ ਪਾਲ ਨੇ ਦੀਨੀ ਖੜੀ ਦਿਖਾਏ, ਗੁਰੂਆਂ ਨੇ ਤ੍ਰੈ ਕਰੀਆਂ ਗਿਆ ਦੇਖ ਘਬਰਾਏ। ਉਹ ਬੋਲਦਾ ਹੰਕਾਰੀ ਲਾਲ ਹੋ ਗਿਆ ਪਾਲ ਜੀ, ਇੱਕ ਮੈਂ ਉਂਗਲ ਦੱਸ ਲਾ ਮਖਾਲ ਜੀ, ਇੱਕ ਮੈਂ ਉਂਗਲ ਦੱਸ ਲਾ ਮਖਾਲ ਜੀ, ਜ਼ੋਰ ਨਾਲ ਇੱਕ ਦੁਨੀਆ ਬਣਾ ਦੂੰਗਾ, ਤੇਰਾ ਮੈਂ ਨਮਾਜ ਪੁੱਲ ਨੂੰ ਪੜਾ ਦੂੰਗਾ, ਤੇਰਾ ਮੈਂ ਨਮਾਜ ਪੁੱਲ ਨੂੰ ਪੜਾ ਦੂੰਗਾ। ਚੱਕ ਫੜ ਜਾਵੇ ਮੇਦਨੀ, ਮੇਰੇ ਤੇ ਖੁਦਾ ਦੇ ਵਿੱਚ ਕੋਈ ਭੇਦ ਨੀ, ਮੇਰੇ ਤੇ ਖੁਦਾ ਦੇ ਵਿੱਚ ਕੋਈ ਭੇਦ ਨੀ, ਦੇਵਤਿਆਂ ਦੀ ਪੂਜਾ ਕਰਨ ਨਾ ਹਟਾ ਦੂੰਗਾ, ਤੇਰਾ ਮੈਂ ਨਮਾਜ ਪੁੱਲ ਨੂੰ ਪੜਾ ਦੂੰਗਾ, ਤੇਰਾ ਮੈਂ ਨਮਾਜ ਪੁੱਲ ਨੂੰ ਪੜਾ ਦੂੰਗਾ। ਦੇਖ ਗਗਨ ਪਤਾਲ ਜੀ ਕੰਬਦਾ ਹੈ, ਦੇਖ ਗਗਨ ਪਤਾਲ ਜੀ, ਮੇਰੇ ਮੂਰ ਹਿੰਦੂਆਂ ਦੀ ਕੀ ਮਜਾਲ ਜੀ, ਦੁਨੀਆਂ ਦੇ ਵਿੱਚ ਫਿਰ ਸੋਨਾ ਪਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ। ਦੇ ਬੇਲ ਤੇ ਪ੍ਰਾਣ ਮੈਂ ਇੱਕ ਸਹੀ ਕੱਲੀ ਰੱਖੂੰਗਾ, ਕਰਾਨ ਮੈਂ ਇੱਕ ਕੱਲੀ ਸਹੀ ਰੱਖੂੰਗਾ, ਕਰਾਨ ਮੈਂ ਪਾ ਦੂੰਗਾ ਮਸੀਤਾ ਮੰਦਰ ਢਵਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ। ਤੁਹਾਨੂੰ ਜਾਂਦੇ ਦੋਜਖਾਂ ਚ ਪਾਈ ਹੈ, ਤੁਹਾਡੀ ਨੇ ਚਾਚੀ ਤੇ ਟਿਕੇ ਨਾ ਟਕਾਈ ਹੈ, ਰਾਮਦਾ ਜੋ ਨਾਮ ਜਲਦੀ ਛਪਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ। ਇਸ ਤਰ੍ਹਾਂ ਕਰੀ ਮੈਂ ਉਂਗਲ ਖੜੀ ਹੈ, ਏਕਤਾ ਦੀ ਹੱਥ ਮੈਂ ਗਟਾਰ ਫੜੀ ਹੈ, ਅਕਬਾਰ ਸਿੰਘ ਕਰਕੇ ਵਿਖਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ। ਬੋਲਦਾ ਹੰਕਾਰੀ ਲਾਲ ਹੋ ਗਿਆ ਬਾਲ, ਮੱਥਾ ਲਾਲ ਸੁਰਖ ਹੋ ਗਿਆ ਬਾਦਸ਼ਾਹ ਦਾ। ਉਹ ਪੀਰ ਜੀ ਏਕ ਮੈਂ ਉਂਗਲ ਦਾ ਸਲਾਵਾ ਸਵਾਲ ਜੀ, ਜ਼ੋਰ ਨਾਲ ਇੱਕੋ ਦੁਨੀਆ ਬਣਾ ਦੂੰਗਾ, ਤੇਰਾ ਮੈਂ ਨਮਾਜ਼ ਪੁੱਲ ਨੂੰ ਪੜਾ ਦੂੰਗਾ। ਮੰਨਣ ਨੀ ਦੇਣੇ ਭੇਦ ਤੇ ਪ੍ਰਾਣ, ਮੈਂ ਇੱਕ ਕੱਲੀ ਸਹੀ ਰੱਖੂੰਗਾ, ਕਰਾਨ ਮੈਂ ਫਲ ਪਾ ਦੂੰਗਾ, ਮਸੀਤਾ ਮੰਦਰ ਢਵਾ ਦੂੰਗਾ। ਜਿਤਨੇ ਤੁਹਾਡੇ ਹਿੰਦੂਆਂ ਦੇ ਮੰਦਰ ਹੈ ਸਭ ਢਾਏ ਜਾਣਗੇ, ਜਗ੍ਹਾ ਜਗ੍ਹਾ ਦੇ ਉੱਤੇ ਮਸੀਤ ਪਾ ਦੂੰਗਾ। ਟੋਲ ਹੋ ਕੇ ਚਾਕਾਂ ਫਟ ਜਾਵੇ ਭੇਦ ਨੀ, ਮੇਰੇ ਤੇ ਖੁਦਾ ਦੇ ਵਿੱਚ ਕੋਈ ਭੇਦ ਨੀ, ਮੈਂ ਦੇਵਤਿਆਂ ਦੀ ਪੂਜਾ ਕਰਨ ਨੂੰ ਹਟਾ ਦੂੰਗਾ। ਐਡੀਆਂ ਐਡੀਆਂ ਹਾਸੀਆਂ ਉੱਗ ਗਈਆਂ, ਇੱਥੋਂ ਦਾ ਹੀ ਹੰਕਾਰ ਚੜ ਗਿਆ, ਮੇਰੇ ਤੇ ਖੁਦਾ ਦੇ ਵਿੱਚ ਕੋਈ ਭੇਦ ਨੀ, ਇਹ ਨੀ ਪਤਾ ਉਹ ਖੁਦਾ ਰੱਬ ਜਾਂ ਮੈਂ। ਇਸ ਤਰ੍ਹਾਂ ਕਰੀ ਮੈਂ ਉਂਗਲ ਖੜੀ ਹੈ, ਏਕਤਾ ਦੀ ਹੱਥ ਨੇ ਕਤਾਰ ਪਾਰ,
ਅਕਬਾਲ ਸਿੰਘਾਂ ਕਰਕੇ ਵਿਖਾ ਦੂੰਗਾ ਤੇਰਾ ਮੈਂ ਨਵਾਜ਼ ਕੁੰਡ ਤੋਂ ਪੜ੍ਹਾ ਦੂੰਗਾ। ਇਹ ਗੱਲ ਮੈਂ ਕਰਕੇ ਵਿਖਾ ਦੇਣੀ ਆ, ਮੇਰਾ ਕਾਨੂੰਨ ਆ, ਇਹ ਕਾਨੂੰਨ ਮੇਰਾ ਮਿਸਿਆ ਨਹੀਂ ਜਾ ਸਕਦਾ। ਅੱਛਾ ਮੈਂ ਤਾਂ ਦੱਸਦਾ ਹੁਣ ਤੇਰੀਆਂ ਤਿੰਨ ਉਂਗਲਾਂ ਦਾ ਕੀ ਸਵਾਲ ਆ, ਉਹਦਾ ਬਾਦਸ਼ਾਹ ਸੀ ਤੈਨੂੰ ਦੱਸਾਂਗੇ। ਗੁਰੂ ਤੇਗ ਬਹਾਦਰ ਜੀ ਦੱਸਦੇ ਆ, ਤਿੰਨ ਕੌਮਾਂ ਬਣਨਗੀਆਂ ਜਿਹੜੀ ਤਰਾਏ ਉਂਗਲ ਮੈਂ ਕੀ, ਤੂੰ ਤਾਂ ਦੋ ਤੋਂ ਇੱਕ ਕਰਨ ਫਿਰਦਾ, ਇਹ ਦੋ ਤੋਂ ਤਿੰਨ ਹੋ ਜਾਣਗੀ। ਹਿੰਦੂ ਮੁਸਲਮਾਨ ਤਾਂ ਅੱਗੇ ਆ, ਸਿੰਘ ਕੌਮ ਪੈਦਾ ਹੋ ਜੂ। ਇਹ ਗ੍ਰੰਥਾਂ ਦੀ ਲਿਖਤ ਤਾਂ ਮੈਂ ਵੀ ਨੀ ਐਵੇਂ ਕਹਿੰਦਾ। ਗੁਰੂ ਤੇਗ ਬਹਾਦਰ ਜੀ ਆਉਂਦੇ ਬਾਦਸ਼ਾਹ ਸਭਾ ਚ ਇਹ ਤਿੰਨਾਂ ਉਂਗਲਾਂ ਦਾ ਸਵਾਲ ਕਹਿ ਰਹੇ ਆ, ਦੇਖਾਂ ਭਲਾ ਕਹਿ ਸੀਗਾ। ਤੇਗ ਬਹਾਦਰ ਕਹਿਮਦਾ ਸੁਣੀ ਬਾਤ ਨਰਪਾਲ, ਤ੍ਰੈ ਉਂਗਲ ਜੋ ਮੈਂ ਕਰੀ ਇਨਕਾ ਸੁਣੋ ਹਵਾਲ। ਓ ਗੁਰੂ ਤੇਗ ਬਹਾਦਰ ਜੀ ਲੱਗੇ ਰਾਜੇ ਨੂੰ ਸਮਝਾਉਣਾ, ਤੈਥੋਂ ਇੱਕ ਬਣਨੀ ਨੀ ਕਾਹਤੋਂ ਲੱਗਿਆ ਹਿੰਦ ਸਤਾਉਣਾ। ਧੋਖਾ ਖਾ ਜਾਏਗਾ ਜਿਹੜੀ ਅਹੀਂ ਕਰੇ ਅਨੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਰਾਜਿਆਂ ਨੂੰ ਪਿਆਰੀ ਹੁੰਦੀ ਸਮਸਲਤਾਨ, ਤੂੰ ਰਕਸ਼ਾ ਕਰਨੀ ਸੀ ਸਗਮਾ ਕਰਤਾ ਦੁਖੀ ਜਹਾਨ। ਦੁੱਖ ਦੇਣਾ ਪਰਜਾ ਨੂੰ ਇਹ ਨੀ ਬਾਦਸ਼ਾਹਾਂ ਦੀ ਨੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਤੈਨੂੰ ਚਾਹੀਦਾ ਨੀ ਡਰਨਾ ਭਗਵਾਨ ਕਹਿੰਦਾ ਨੀ, ਉਹ ਤੈਨੂੰ ਚਾਹੀਦਾ ਹੈ ਡਰਨਾ ਉਹ ਜਾਂਦਾ ਨਰਕਾਂ ਨੂੰ। ਜਿਹਦੇ ਹੋਵੇ ਦਿਲ ਬਦਨੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਸਵਰਗ ਜੀ ਤੁਰ ਗਏ ਆਪਣਾ ਨਾਮ ਜਪਾ ਕੇ, ਚੱਕ ਲੈ ਗਏ ਭੂਤਲ ਨੂੰ ਲਿਆਂਦੀ ਬਰਾ ਦਾ ਰੂਪ ਬਣਾ ਕੇ। ਰਾਵਣ ਵਰਗਿਆ ਤੋਂ ਇਹ ਸੰਸਾਰ ਗਈ ਨਾ ਜੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਦੁਰਯੋਧਨ ਨੇ ਬਾਰਾਂ ਜੋਜ ਨਛੱਤਰ ਫਰਾਇਆ, ਵੇਰੇ ਤਾਂ ਬਣੀਆਂ ਦੇ ਕਿਸੇ ਨੇ ਆ ਕੇ ਨਹੀਂ ਛਡਾਇਆ। ਜ਼ੁਲਮ ਦੀ ਜੀ ਹੱਥ ਦੇ ਵਿੱਚ ਖੜਕ ਹੈ ਫੜ ਲੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਬਣੇ ਕਿਸੇ ਦਾ ਨਾ ਇਹ ਸਭ ਮਤਲਬ ਕਾ ਸੰਸਾਰ ਹੈ, ਹਰ ਮੁੱਕ ਜੇ ਬਿਰਸ਼ੀ ਤੋਂ ਪੰਛੀ ਜਾਨ ਉਡਾਰੀ ਮਾਰ। ਇਹਨਾਂ ਜਾਨਵਰਾਂ ਦੀ ਜੀ ਹੁੰਦੀ ਫਲ ਦੇ ਨਾਲ ਪ੍ਰੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਸਾਡਾ ਗੁਰੂਆਂ ਨੇ ਉਹ ਕਰਿਆ ਮਰਵਾਂ ਨੂੰ ਉਪਦੇਸ਼ ਹੈ, ਵਿੱਚ ਬੈਠਾ ਸਾਰਿਆਂ ਦੇ ਸੁਣਦਾ ਕਲਗੀ ਧਰ ਦਸ਼ਮੇਸ਼ ਹੈ। ਤੇਰੀ ਜਾਂਦੀ ਆਰ ਜਾ ਬੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਰਾਜ ਨੇ ਨਾ ਤਿੰਨਾਂ ਉਂਗਲਾਂ ਦਾ ਇਹ ਸਵਾਲ ਰਈਅਤ, ਫਿਰ ਰਾਜਿਆਂ ਨੂੰ ਪਿਆਰੀ ਹੁੰਦੀ ਸਮ ਸੰਤਾਨ ਹੈ, ਤੂੰ ਰਕਸ਼ਾ ਕਰਨੀ ਸੀ ਸਗਮਾ ਕਰਤਾ ਦੁਖੀ ਜਹਾਨ, ਉਹ ਦੁੱਖ ਦੇਣਾ ਪਰਜਾ ਨੂੰ ਇਹ ਨੀ ਬਾਦਸ਼ਾਹ ਦੀ ਨੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਉੱਤੇ ਦੁਰਯੋਧਨ ਦੇ ਬਾਰਾਂ ਜੋਜ ਨਛੱਤਰ ਫਰਾਇਆ, ਇਹ ਕਿੱਡੀਆਂ ਹਸਤੀਆਂ ਹੋ ਗਈਆਂ, 48 ਕੋਹ ਦੇ ਵਿੱਚ ਦਲ ਦੁਰਯੋਧਨ ਦੇ ਦਲੇ ਹੈ। ਉੱਤੇ ਦੁਰਯੋਧਨ ਦੇ ਬਾਰਾਂ ਜੋਜ ਨਛੱਤਰ ਫਰਾਇਆ, ਵੇਲੇ ਤਾਂ ਬਣੀਆਂ ਦੇ ਕਿਸੇ ਨੇ ਆ ਕੇ ਨਹੀਂ ਛਡਾਇਆ। ਕਿਉਂ ਜ਼ੁਲਮ ਕਹਿਰ ਦੀ ਜੀ ਹੱਥ ਦੇ ਵਿੱਚ ਖੜਕ ਹੈ ਲੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਹਰਨਾਕਸ਼ ਵਰਗੇ ਜੀ ਤੁਰ ਗਏ ਆਪਣਾ ਨਾਮ ਜਪਾ ਕੇ, ਚੱਕ ਲੈ ਗਏ ਭੂਤਲ ਨੂੰ ਲਿਆਂਦੀ ਬਰਾਹ ਦਾ ਰੂਪ ਬਣਾ ਕੇ। ਐਡੀਆਂ ਐਡੀਆਂ ਹਸਤੀਆਂ ਰਾਵਣ ਜੈਸਿਆਂ ਤੋਂ ਇਹ ਸੰਸਾਰ ਗਈ ਨਾ ਜੀਤੀ। ਹਰਨਾਕਸ਼ ਨੇ ਆਪਦਾ ਰੱਬ ਜਪਾਉਣਾ ਸ਼ੁਰੂ ਕਰਤਾ ਤੇ ਉਹ ਦੂਸਰਾ ਪ੍ਰਿਥਵੀ ਉਠਾ ਕੇ ਲੈ ਗਿਆ, ਭਗਵਾਨ ਨੇ ਬਰਾਹ ਦਾ ਉਹ ਵੀ ਮਾਰੇ ਗਏ। ਰਾਵਣ ਨੂੰ ਸਮੁੰਦਰ ਕਹਿਣ ਦਿੰਦੇ, ਸੱਤੇ ਲੋਕਾਂ ਸਹਾਲ ਹੈ ਤੇ ਸੱਤੇ ਨੀਚਾ ਚ ਰਾਵਣ ਐਡੀ ਹਾਸੀ ਹੋਇਆ ਲੜਨ ਵਾਸਤੇ ਜਾਂਦਾ, ਪਰ ਬਾਂਦਰਾਂ ਰਿਛਾਂ ਨੇ ਢਿੱਡ ਪਾੜਦਾ ਜਾਂਦਾ। ਇਹ ਸਮਾਂ ਕੋਈ ਬਣੇ ਕਿਸੇ ਦਾ ਨਾ, ਇਹ ਸਭ ਮਤਲਬ ਕਾ ਸੰਸਾਰ ਹੈ, ਫਲ ਮੁੱਕ ਜੇ ਬਿਰਸ਼ ਤੋਂ ਪੰਛੀ ਜਾਣ ਅਡਾਰੀ ਮਾਰ ਹੈ। ਇਹ ਜਾਨਵਰਾਂ ਦੀ ਤਾਂ ਹੁੰਦੀ ਫਲ ਦੇ ਨਾਲ ਪ੍ਰੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਕਿਉਂ ਫਿਰਦਾ ਭੁੱਲਿਆ ਹੋਵੇ ਤੈਨੂੰ ਫਰੇ ਪਰੇਰੀ ਮਾਇਆ। ਰਾਜੇ ਨੂੰ ਗੁਰੂਆਂ ਨੇ ਐਸਾ ਪਰਮ ਗਿਆਨ ਸੁਣਾਇਆ, ਕਰ ਭਜਨ ਕਵਾਸਿਆਂ ਤੇਰੀ ਜਾਦੀ ਆਰ ਜਾ ਬੀਤੀ, ਤਿੰਨ ਕੌਮਾਂ ਬਣ ਗਈਆਂ ਜਿਹੜੀ ਤਾਏ ਉਂਗਲ ਮੈਂ ਕੀਤੀ। ਸਰੰਗੀ ਬਾਦਸ਼ਾਹ ਕਹਿੰਦੇ ਜੀ ਇਹਦਾ ਤਿੰਨਾਂ ਉਂਗਲਾਂ ਦਾ ਇਹ ਮਤਲਬ, ਮੈਂ ਤਾਂ ਇੱਕ ਕਰਨ ਨੂੰ ਫਿਰਦਾ, ਤੁਸੀਂ ਤਿੰਨ ਕਰਨ ਨੂੰ ਫਿਰਦੇ ਹੋ। ਉਹ ਆਹਦਾ ਤੇਰੇ ਸਾਰੇ ਨੀ ਕੋਈ ਮੇਰੇ ਸਾਰੇ ਨੀ, ਇਹਦਾ ਬੇਦੀ ਨੀਤੀ ਆਵਾਸ ਤਿੰਨ ਹੋਣਗੀਆਂ। ਅੱਛਾ ਫਿਰ ਤੁਸੀਂ ਪੀਰ ਹੈ,
पक्षपात क्यों करते हैं, थोड़े कोई बड़ा वर्म है। ते फिर महाराज सानू के बुरा समझे मुसलमानों मगर नहीं असि जुर्म नु बुरा समझते हैं। कहते गुरु तेग बहादुर जी कह लगे गुरदेव बादशाह सच्चे रब नु मनो वसार नहीं, तेरा ये जहान तो लग जाना करना चाहिए फिर अहंकार नहीं। वो मुसलमाना दे नाल ना वैर कोई साडा हिंदुआ नाल प्यार नहीं, साडा कोई मुसलमाना नाल वैर नहीं है, हिंदुआ नाल प्यार नहीं। क्यों हिंदू दुखी होए के हिंदू खरलाउन लगे, चली इन्हां दी कोई पुकार नहीं। जे भाई थोनू हिंदू जित कर दोगे फिर अभी सुदे नहीं हो जाते, ऐसा जुल्म दे मगल जुल्म ना कर, चली इन्हां दी कोई पुकार नहीं। जोर लाया सी पीर पकंबरा ने पर जित्ती किसी तो गई संसार नहीं, बड़े बड़े बली हो गए ये किसे तो नहीं जीती गई। द्वायत पास भी है नहीं जिन्हों वीर कहता मिलता उसनों कदे करतार ना, जिन दूसरा दूसरा पालता ना उन्हों करतार रब नहीं करता, कहने ना रब जरा करदा सृष्टि रहता है। अच्छा जी फिर तुसी मैनू तो दसो कोई करामात विखाओ, तुसी बड़े मैनू सिद्ध लगते हो। तां गुरु तेग बहादुर जी कहता जे तू देखनी है ना भाई तां सवा मन मिर्चा लिया दे काले, मैं तो नहीं कहता भी मैं करामात विखाउणा पर ओह जिहड़ा स्वामी है तैनूं आपे पता लग जू सवा मन मिर्चां कट्ठियां करके फर्श दे उत्ते रख के अग्नि लगा दे विच जान जालियां, सवा मन मिर्चां लिया दे काले आपे कोई स्वामी शक्ति विखा जूगा तैनूं नाले राजना नतीजा आजूगा। पाप नाल तुसां ने प्रीतां ला लियां सवा मन मिर्चां लिया दे कालियां, निराकार ज्योति जिहड़े भगवान है कुल जीव जंतु में विराजमान है पर ओहदे पालणे नूं डंडियां निरालियां, ਉਹਦੇ ਭਾਲ ਵਾਲੀਆਂ ਤਾਂ ਗੰਡੀਆਂ ਹੀ ਹੋਰ ਆ, ਤੂੰ ਵਾਲਾ ਮੈਂ ਪੇਸ਼ਤਾ ਨੂੰ ਪੰਜਾਬ ਦਾ ਤਾਂ ਤੇਰਾ ਸਮਾਨ ਹੀ ਗਲਤ ਹੈ ਸਾਰਾ। ਉਹਦੇ ਪਾਲਣੇ ਨੂੰ ਗੰਡੀਆਂ ਨਰਾਲੀਆਂ ਸਵਾ ਮਨ ਮਿਰਚਾਂ ਲਿਆ ਦੇ ਕਾਲੀਆਂ, ਵਿੱਚੇ ਹੀ ਖੁਦਾ ਹੈ ਪ੍ਰਤਿਆ ਕੇ ਵੇਖ ਲੈ ਉਹ ਗਿਆਨ ਰੂਪੀ ਦੀਪਕ ਜਲਾ ਕੇ ਦੇਖ ਲੈ, ਗਿਆਨ ਰੂਪੀ ਜੋਤਾਂ ਅੰਦਰੋਂ ਬੁਝਾ ਲੀਆਂ, ਜਿਹੜਾ ਗਿਆਨ ਦੀ ਜੋਤ ਆ ਤੂੰ ਬੁਝਾਈ ਬੈਠਾ ਰੱਬ ਵਿੱਚੇ ਹੀ ਹੈ। ਉਹ ਬਾਦਸ਼ਾਹ ਨੇ ਮਿਰਚਾਂ ਲਿਆ ਕੇ ਸਵਾ ਮਨ ਜਦੋਂ ਅੱਗ ਲਾਈ ਤੇ ਤੜਕੇ ਛਾਣੀਆਂ ਸਵਾ ਛਾਣੀ ਤਿੰਨ ਮਿਰਚਾਂ ਬਚੀਆਂ, ਪੀਰ ਜੀ ਆ ਮਿਰਚਾਂ ਦਾ ਸਵਾ ਮਨ ਸਾੜੀਆਂ ਦੇ ਜੋ ਤਿੰਨ ਬਚ ਗਈਆਂ ਉਹਦਾ ਫਿਰ ਉਹ ਗੱਲ ਹੈ ਸਾਰੀ, ਇਹ ਵੀ ਤਿੰਨੇ ਸੜ ਸਕਦੀਆਂ ਸੀ, ਬਸ ਮਿਰਚਾਂ ਤਿੰਨੇ ਤਾਂ ਹੀ ਬਚੀਆਂ, ਦੀਨ ਹੀ ਤਿੰਨ ਹੋਣਗੇ ਤੈਨੂੰ ਉਸੇ ਨੇ ਵਿਖਾ, ਫਿਰ ਤੂੰ ਵੀ ਕੋਈ ਕਰਾਮਾਤ ਵਿਖਾ। ਉਹਦਾ ਤੈਨੂੰ ਵਿਖਾਈ ਗਈ ਕਰਾਮਾਤ ਜੇ ਸਮਝਿਆ ਨੀ ਤੂੰ, ਕਹਿ ਰਹੋ ਤਾਂ ਵਿਖਾਨਾ ਕਰਾਮਾਤ ਕਾ ਮੈਂ ਤੂੰ ਰਾਜਨ ਵਿਖਾਵਣੇ ਵਾਲਾ ਨਹੀਂ, ਜੋਤ ਜਿਸ ਕੀ ਜਗ੍ਹਾ ਜੀਵ ਜੰਤੂ ਵਿਖੇ ਮੈਂ ਤੂੰ ਉਸਕੋ ਭੁਲਾਵਣੇ ਵਾਲਾ, ਮੈਂ ਤਾਂ ਉਹ ਜੋਤ ਨੂੰ ਭੁਲਾਉਣ ਵਾਲਾ ਨਹੀਂ, ਮੈਂ ਕੀ ਕਰੂੰ। ਉਹ ਕਰਾਮਾਤ ਹੀ ਵਿਖਾਈ ਨਾ ਮੁਸਲਮਾਨ ਦਾ ਲੜਕਾ ਰਾਜੀ ਕਰਿਆ ਸ਼ਮਸ਼ ਲੇਜ ਨੇ, ਤਾਂ ਉਹ ਤੇ ਫਤਵਾ ਲਾਇਆ ਕਾਜ਼ੀਆਂ ਨੇ ਵੀ ਤੂੰ ਰੱਬ ਨਾਲ ਵੱਡਾ ਹੋ ਗਿਆ, ਫਿਰ ਉਹਦੀ ਖੱਲੀ ਲਾਈ ਗਈ। ਇਹ ਤੋਂ ਕਮਰਾ ਭਰਾ ਹੁਆ ਮਨਮੂਤ ਕਾ ਕੋਈ ਸ਼ਕਤੀ ਦਿਖਾਵਣੇ ਵਾਲਾ ਨਹੀਂ, ਤੂੰ ਤੋਂ ਪਰਚਾਵੇ ਲੈਤਾ ਹੈ ਮੁਸ਼ਕੇ ਬੜੇ ਤੁਸੇ ਕੋਈ ਘਟਾਵਣੇ ਵਾਲਾ ਨਹੀਂ, ज्वाला जगती जुल्म की है चारों तरफ बिना उसके बजावने वाला नहीं, भूली फिरती है दुनिया जे अकबाल सिंह पर कोई निर्गुण को गावने वाला नहीं, दुनिया का भूली फिरती है कोई किसी मजब मरा वह जो अकाल पुरखा और कोई निराला ही भजन करता है। फिर महाराज जे तुसी दोहां नूं समझदे इक्को सानू इक्को हिंदुआं नूं ते साडे नाल फिर बैठ के भोजन खाओ, वाला भोजन खा सकते हैं तेरे नाल, पाप न तेरे होवे दिल मैं भोजन फेर छकूंगा मिल, पर तेरे च पाप लो तेरे नाल पिट जाने अभी, तू मुसलमान कोई नहीं के रब दे रचे दोवें दीन, पर तेरे दिल में मैल ना होवे कोई। वाला जी नहीं सिफर बड़ा भोजन अभी खा लेंगे, उन्होंने कहा हम सूत आ गया हूँ आप गऊ मार के धर लो, ये पीर आंदियों का नाल आ मेरे भोजन ये गऊ खा जूगा तेरा धर्म खाजूगा, मुसलमान की यह फुरना फुरिया ਤਾਂ ਗਊ ਕਾਟ ਕਰਕੇ ਹਾਂਡੀ ਦੇ ਵਿੱਚ ਰਿੱਝਣੀ ਕਰ ਰਿਹਾ ਤੇ ਉਹ ਰਿੰਦੀ ਹੈ, ਗਊਆਂ ਨੇ ਬਾਸ ਪੁੱਜਲੀ ਅੰਤਰਜਾਮੀ ਮੇਰਾ ਐ ਦੀਨ ਤੋੜ ਨੂੰ ਫਿਰਦੇ ਆ ਵੀ ਗਊ ਖਵਾਈਏ ਨੂੰ, ਉੱਤੋਂ ਟੱਕਣਾ ਜਿਹੜਾ ਉਹ ਚੱਕਦੇ ਆ ਪਾਪ ਨਿਕਲਦੀ ਹੈ ਤਾਂ ਉਹਦੇ ਵਿੱਚੋਂ ਨਿੱਕੇ ਨਿੱਕੇ ਸੂਰ ਹੋ ਕੇ ਡਿੱਗਣ ਲੱਗ ਗਏ, ਭਰ ਗਿਆ ਹੈ ਦਿੱਲੀ ਦਰਬਾਰ ਵੀਰ ਨੂੰ, ਵੀਰ ਨੂੰ ਬੇਸ਼ੁਮਾਰ ਦਰਬਾਰ ਭਰ ਗਿਆ ਰੰਗੇ ਬਾਦਸ਼ਾਹ ਦਾ ਸੂਰਾਂ ਨਾਲ ਵੱਡੇ ਵੱਡੇ ਹੋ ਗਏ। ਜੇ ਮੁਸਲਮਾਨ ਉੱਥੋਂ ਘਰ ਨੂੰ ਆਉਂਦੇ ਆ ਘਰੇ ਉਦੋਂ ਬੜੇ ਫਿਰਦੇ ਆ, ਜਿੱਧਰ ਨੂੰ ਜਾਂਦੇ ਆ ਸੂਰ ਹੀ ਸੂਰ, ਉਹਨੇ ਅਖਲਾ ਲੋੜ ਆ ਗਿਆ ਸੂਰ ਦੇਖਣਾ ਨਹੀਂ ਨਾ ਚਾਹੁੰਦਾ ਮੁਸਲਮਾਨ, ਇਸ ਕਾਫਰ ਨੇ ਸ਼ਰ੍ਹਾਂ ਦੀ ਦੀਨੀ ਹੱਜ ਟਪਾਏ, ਕਾਜੀ ਸੂਰ ਦਿਖਲਾਏ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ, ਉਹਦਾ ਸਜ਼ਾ ਮੇਰੀ ਇਹ ਹੈ ਕੋਠੜੀ ਅਸਰਦੀ ਚ ਬੰਦ ਕਰੋ ਕਾਫਰਾਂ ਨੂੰ, ਹੋ ਕੇ ਤੇ ਕਰੋ ਵੈਸੇ ਬੋਲਦਾ ਹੈ ਭੂਪ ਜੀ
कैसे आए शरारती खंजीर दिखलाए मुझे देखने दे विच बड़े लगते अनूप जी ये तो बड़े शरारती है वो दियो दी जिहड़ी कोड़ी है बंद कर दे उन्हां दी बहुत भारी सजा सी ते जिहड़ा नहीं मुसलमान बनता सी मनता सी उन्हां दियो दी कोड़ी च बंद कर दे तबली तो देख के दियो नूं ही मर जांदा सी नहीं दिल चढ़े कलास का ही मरा मुसलमान बना लो मैनू ऐ कोड़ी चो कढ़ो पिंजरां दे चवाड़ के कबाड़ बंद करते सूरज अस्त होया टाइम रात्रि का उस जगह में असर प्रवेश रात नूं असर चढ़ाया कोड़ी च सूरज अस्त होया टाइम रात्रि का उस जगह में असर प्रवेश होया निगाह मारी जां पिंजरां विच बैठे तेजी देख के डर विशेष होया वेखे उन्हां दी सूरत वेख के थरन थानू कंबण लग गया दियो तेजी देख के डर विशेष होया मुख उत्ते पलतलां फिरगियां है जैसे हनुमान देख दनेश जैसे हनुमान देख के सूरज डर गया पालने के उत्ते पाया पाया सी ना महावीर जी के लाल सुरख तड़के चढ़िया सूरज उन्हें आखिया भी कोई खेलना है जो मारी छाल सूरज नूं जा चलिया ते सूरज थरन थन कंबण लग गया ऐसा कौन आगा मैनू मूंह च पाउंदा कला रही ना देख शरीर अंदर जैसे राहु नूं देख नखेस होया ऐसे हो गया दियो जैसे राहु नूं देख ग्रहण लगता ना चंद्रमा तो चंद्रमा की ज्योति मलीन हो जाती है ऐ होगी मुख उत्ते पलतना फिर गया जैसे गौतम ऋषि नूं देख सुरेश होया गौतम ऋषि के घरे जो अंदर गया तो गंगा ने दसता बाबा तेरे घरे चोर लगे पे है तो जो गौतम आया उन्हें पता सी इंद्र नूं भी ये ऋषि है ये महा तपस्वी है मैनू श्राप दे मैं तो झूठा है ते कंबल ला दो चौथ एक हमारे कर सकिया ऋषि का जा सांसर पागल तेरे शरीर से हो जाए दम ता ऋषि ने ऐसे कहता होगा जैसे गरड़ नूं देख के शेष होया शेष नाग जी दी गरड़ दी भी दुश्मनी ना जे गरड़ नगा पै जाए सर्प दे सर्प च कुछ नहीं रहिंदा मत्था टेकिया महाराज किस जालम ने कैद कराए भगवन देऊं बंस खपाए सतगुरु कौन है देश तुम्हारा जम सुबल हो गया हमारा मैं तो पीर हिंद का पाई जांदे नर नारी कर लाई ना मान्या हम पिंजरे पाए सी समझाने औरंगजेब आशा ने समझाना है सी ए मन्या ने सानू पिंजरे च पाता महाराज मैं जल्दी जाता खान लिए कोई भोजन लियाता थोड़े वास्ते महाराज को मैं भोजन लियावा सारे शहर बीच फिर आया एक गांठ गन्या की जाए होर तो सारा समान अंदर रख लिया कई गन्या की परी बार भुल गया दियो उ चक लिया लिया के जो दिते चूपया एक बहादुर जी ने छिलक सिद्धा मतीदार ने चूप लिया ऐतनी शक्ति पैगी आधा दिल्ली ते लाहौर नूं पड़िया के मार मोमना नूं गद्दी ते बहन देना नहीं मैं काजियां दा तुख नूं रहन देना नहीं फड़ के जंगा तों अड्डो अड्डी फार दूं दिल्ली ते लाहौर नूं पड़िया के मार दूं पिंजरिया दे विच कट दे गुलामी को ऐसा फिर केव झल दे स्वामी को काली सम सारे तुरक शंघार दूं दिल्ली ते लाहौर नूं पड़िया के मार दूं महाराज मैनूं हुकम दिओ मैं दिल्ली कच्छ फड़ के लाहौर फड़ के मैं पड़िया के मार दूं उहदा भाई उरे हो माड़ा जिहा जो सिर खिता उत्ते हथ फेर के जिहड़ी कला सी सारी खैच लई महाराज जी बादशाह कहिंदा जाओ वो जिहड़े राज पिंजरां च दित्ते आ उहनां दा पता लियाओ दीन कबूल गया या मर गए होर करा गया उहदा जी महाराज दिओ नहीं उत्थे वास ने दिओ दी दिओ दा आधार हो गया देव देही पा के उन्हां दा छिलक गां मती दा दा दिओ ने चूप लियो वो वैकुंठ लोक नूं चलिया गया उहदा महाराज बैठे है उहदा बैठे मरे नहीं ना उहदा उदों वी तेजियां ज्यादा हो गईआं ज्योंदिया की वार्ता सुनी ना गई बादशाह तो कंटक समान बोल सीने विच रच कहन दे ऐनकार आने नी शरा दे विच तार तलवार दी उत्ते जिहड़े नच गए काजी मुश्किल है जिहड़े दिओ दी खोड़ी जो बच गए हुण आपदा पा करो पौला पा मेरा हो गया जा ना करो जे दो सिख उन्हां नूं सद के लिया एक नूं वड्डे नूं रहण दे जिहड़े दे नाल चेलिया उन्हां नूं लिया पौला भाई हलकारा कहिंदा थोड़ा दोहां नूं हुक्म है बादशाह का दरबार च जाण दा चलो वो सोचते हैं मती दास से जला भी हम खैर है जिला सानू सभा सदा है उठ के नेत्रा चो नीर जाता है गुरु तेग बहादुर जी ने मती दास कहता है स्वामी साडा शरीर कहना थोड़े नालों साड़ी टुट गए हम साडा शहीदियां हो गई थोड़ी जी मूर्ति है साढ़े मूहे रहे वाला बेटो का वक्त है शीर का तुम जाओ मैं थोड़े ना बैकुंठ लोग चलू दो छंद टेका एक मती दास दे ते गुरु तेग बहादुर जी दे जवाब हुंदे देखा भला
ਮਤੀ ਦਾਸ ਦਰ ਵਾਲੇ ਕੋ ਬਿਨਾ ਹੁਕਮ ਸੁਣਾਏ ਰਾਜ ਸਭਾ ਕੇ ਬੀਜ ਮੇ ਰਿਹਾ ਨਰੇਸ਼ ਬਣਾਏ ਹੋਏ ਉੱਠ ਕੇ ਗੁਰਾਂ ਦੇ ਤੀਸ ਲਾਏ ਚਰਨੀ ਹਾਂਜੀ ਲਾਏ ਚਰਨੀ ਸਾਡੇ ਉੱਤੇ ਜਲੂਆ ਮਿਹਰ ਕਰਨੀ ਉਹ ਮਿਹਰ ਕਰਨੀ ਰੋਲੀ ਤੇ ਆਲੀ ਸਾਥੋਂ ਜਾਣੀ ਪੀਤੀ ਨਾ ਉਹ ਸਾਥੋਂ ਜਾਣੀ ਪੀਤੀ ਨਾ ਤੇਰੇ ਨਾਲ ਸਾਡੀ ਟੁੱਟ ਜੇ ਪ੍ਰੀਤੀ ਨਾ ਟੁੱਟ ਜੇ ਪ੍ਰੀਤੀ ਨਾ ਆ ਵਿਆਹ ਬੇਟਾ ਵਖਤ ਅਖੀਰ ਦਾ ਵਖਤ ਅਖੀਰ ਦਾ ਬੰਨ ਦੇ ਉਹ ਜਾ ਕੇ ਫਿਕਰਾਂ ਸਰੀਰ ਦਾ ਫਿਕਰਾਂ ਸਰੀਰ ਦਾ ਜਿਹੜਾ ਤੇਰੇ ਆਣ ਕੇ ਕਰੂੰਗਾ ਰੋਕ ਨੂੰ ਹੋ ਕਰੂੰਗਾ ਰੋਕ ਨੂੰ ਤੁਹਾਡੇ ਨਾਲ ਚੱਲੂਗਾ ਬਕੁੰਠ ਲੋਕ ਨੂੰ ਹੋ ਬਕੁੰਠ ਲੋਕ ਨੂੰ ਸਮਾਂ ਉੱਤੇ ਮਰ ਜੂ ਪਤੰਗ ਪੁੱਜ ਕੇ ਉਹ ਪਤੰਗ ਪੁੱਜ ਕੇ ਹੁੰਦੇ ਰਹਿਣ ਸਾਮੀ ਜੀ ਦਰਿਸ਼ ਤੁੱਜ ਕੇ ਉਹ ਦਰਿਸ਼ ਤੁੱਜ ਕੇ ਮੁੜ ਨਾ ਪਛਾਹ ਆਸ਼ਕਾਂ ਦੀ ਰੀਤੀ ਨਾ ਹੋਏ ਆਸ਼ਕਾਂ ਦੀ ਰੀਤੀ ਨਾ ਤੇਰੇ ਨਾਲ ਸਾਡੀ ਟੁੱਟ ਜੇ ਪ੍ਰੀਤੀ ਨਾ ਟੁੱਟ ਜੇ ਪ੍ਰੀਤੀ ਨਾ ਛੱਡ ਦਿਓ ਸਰੀਰ ਹਾਰਿਓ ਨਾ ਪਰਨ ਤੋਂ ਹਾਰਿਓ ਨਾ ਪਰਨ ਤੋਂ ਹੋ ਜਾਓਗੇ ਰਹਿ ਤੇ ਜੰਮਣ ਮਰਨ ਤੋਂ ਜੰਮਣ ਮਰਨ ਤੋਂ ਖੁਸ਼ੀਆਂ ਮਨਾਇਓ ਦੂਰ ਕੀ ਜਸ਼ੋਕ ਨੂੰ ਦੂਰ ਕੀ ਜਸ਼ੋਕ ਨੂੰ ਤੁਹਾਡੇ ਨਾਲ ਚੱਲੂਗਾ ਬਕੁੰਠ ਲੋਕ ਨੂੰ ਹੋ ਬਕੁੰਠ ਲੋਕ ਨੂੰ ਬਾਹਰ ਦਾ ਸਮਾਨ ਨੇਤਰ ਬਰਸਦੇ ਨੇਤਰ ਬਰਸਦੇ ਹੱਲ ਗਏ ਸੀ ਉਹ ਲੋਕ ਕਿੰਗਰੇ ਅਰਿਸ਼ ਦੇ ਕਿੰਗਰੇ ਅਰਿਸ਼ ਦੇ ਜਾਂਦੀ ਵਾਰੀ ਤੁਹਾਡੇ ਨਾਲ ਗੱਲ ਕੀਤੀ ਨਾ ਗੱਲ ਕੀਤੀ ਨਾ ਤੇਰੇ ਨਾਲ ਸਾਡੀ ਟੁੱਟ ਜੇ ਪ੍ਰੀਤੀ ਨਾ ਟੁੱਟ ਜੇ ਪ੍ਰੀਤੀ ਨਾ ਵਿਆਹ ਬੇਟਾ ਵਖਤ ਅਖੀਰ ਦਾ ਵਖਤ ਅਖੀਰ ਦਾ ਓਏ ਬੰਨ ਦੇ ਉਹ ਜਾ ਕੇ ਫਿਕਰਾਂ ਸਰੀਰ ਦਾ ਫਿਕਰਾਂ ਸਰੀਰ ਦਾ ਤੇਰਾ ਫੇਰੇ ਆਣ ਕੇ ਕਰੂੰਗਾ ਰੋਕ ਨੂੰ ਹੋ ਕਰੂੰਗਾ ਰੋਕ ਨੂੰ ਤੁਹਾਡੇ ਨਾਲ ਚੱਲੂਗਾ ਬਕੁੰਠ ਲੋਕ ਨੂੰ ਹੋ ਬਕੁੰਠ ਲੋਕ ਨੂੰ ਬਾਕੀ ਦੇ ਕੇ ਕਹਿੰਦਾ ਨਾ ਕਿਸੇ ਤੋਂ ਰੋਕੀ ਦਾ ਉਹ ਕਿਸੇ ਤੋਂ ਰੋਕੀ ਦਾ ਪਾਤਾ ਤੁਹਾਨੂੰ ਰਸ ਸਾਰੀ ਤਰ ਲੋਕੀ ਦਾ ਸਾਰੀ ਤਰ ਲੋਕੀ ਦਾ ਬੰਦ ਕਰ ਭੋਲਣਾ ਸੁਣਾ ਦੇ ਚੋਕ ਨੂੰ ਹੋ ਸੁਣਾ ਦੇ ਚੋਕ ਨੂੰ ਤੁਹਾਡੇ ਨਾਲ ਚੱਲੂਗਾ ਬਕੁੰਠ ਲੋਕ ਨੂੰ ਉਹ ਬਕੁੰਠ ਲੋਕ ਨੂੰ ਗੁਰੂ ਦੇ ਚੇਲਿਆਂ ਦੇ ਵਿਛੋੜੇ ਉੱਠ ਕੇ ਗੁਰਾਂ ਦੇ ਤੀਸ ਲਾਏ ਚਰਨੀ ਸਾਡੇ ਉੱਤੇ ਜਾਲੂਆ ਮਿਹਰ ਕਰਨੀ ਪਰ ਫਿਰੋਂ ਦੀ ਪਿਆਲੀ ਸਾਡੇ ਵਿਯੋਗ ਦੀ ਵਿਯੋਗ ਨੂੰ ਕਹਿੰਦੇ ਫਿਰੋਂ ਫਿਰੋਂ ਦੀ ਪਿਆਲੀ ਸਾਥੋਂ ਜਾਣੀ ਪ੍ਰੀਤੀ ਨਾ ਤੁਹਾਡੇ ਨਾਲ ਸਾਡੀ ਟੁੱਟ ਗਈ ਪ੍ਰੀਤੀ ਨਾ ਆ ਗਿਆ ਬੇਟਾ ਵਕਤ ਅਖੀਰ ਇਹਦਾ ਸਮਾਂ ਅਖੀਰ ਦਾ ਆ ਗਿਆ ਪੰਨ ਦੇ ਉਹ ਜਾ ਕੇ ਬੇਅੰਤ ਮਾਇਆ ਜੀ ਆਸੂ ਇਸ ਮਹਾਨ ਖੇਤਰ ਮੈਂ ਯਗ ਮੈਂ ਅਰਪਣ ਕਰਦੇ ਆ ਕਿ ਧੰਨਵਾਦ ਕੀਤਾ ਜਾਂਦਾ ਸਰੀਰ ਦਾ ਜਿਹੜਾ ਠੇਕਰਾ ਹੈ ਪੰਨ ਦੇ ਸਿਰ ਚਾੜ ਕੇ ਤਾਂ ਰਹਿਣਾ ਨਹੀਂ ਤੁਹਾਡੀ ਰਹਿੰਦੀ ਦੁਨੀਆਂ ਤੱਕ ਨਾ ਰਹੂ ਹੱਲ ਗਏ ਸੀ ਉਦੋਂ ਕਿੰਗਰੇ ਅਰਸ਼ ਦੇ ਵਾਰ ਦਾ ਸਮਾਨ ਨੇਤਰ ਵਰਸ ਦੇ ਚਾਂਦੀ ਵਾਲੀ ਤੁਹਾਡੇ ਨਾਲ ਗੱਲ ਕੀਤੀ ਨਾ ਤੁਹਾਡੇ ਨਾਲ ਉਹ ਸਾਡੀ ਟੁੱਟ ਜੇ ਪ੍ਰੀਤੀ ਨਾ ਫਿਰ ਗਿਆਨ ਦੀ ਕਸਵੱਟੀ ਦੇ ਉੱਤੇ ਲਾ ਕੇ ਨਾਸ ਰੂਪ ਹੈ ਬੇਟਾ ਇਹ ਤਾਂ ਨਾਸ ਰੂਪ ਹੈ ਜਹਾਨ ਪਿਆਰੇ ਹੋ ਦੱਸ ਰਹੇ ਵੇਲ ਤੇ ਪ੍ਰਾਣ ਪਿਆਰੇ ਰਹਿ ਜੂਗਾ ਚੇਤਨ ਸਿੱਟ ਦਿਓ ਫੋਕ ਨੂੰ ਇਹਦੇ ਚਾਹ ਚੇਤਨ ਸ਼ਕਤੀ ਹੈ ਉਹਨੂੰ ਨਾ ਤਾਂ ਵਿਸਾੜਦੀ ਹੈ ਨਾ ਉਹਨੂੰ ਪਾਣੀ 'ਚ ਗਲਦੀ ਹੈ ਨਾ ਹਵਾ ਸਤਾ ਸਕਦੀ ਇਹਦਾ ਮਿੱਟੀ ਹੈ ਫੋਕ ਇਹਨੂੰ ਸੜਿਓ ਉਹਨੂੰ ਬਾਦਸ਼ਾਹ ਕੁਛ ਨਹੀਂ ਕਰ ਸਕਦਾ ਤੋੜ ਦਿੱਤੇ ਸਿੱਖ ਫਿਰ ਲਾ ਕੇ ਥਾਪੀ ਨੂੰ ਅਕਬਾਲ ਸਿੰਘਾਂ ਤੂੰ ਬਣਾ ਲਾ ਕਾਪੀ ਨੂੰ ਬੰਦ ਕਰ ਕੋਰੜਾ ਸੁਣਾ ਦੇ ਝੋਕ ਨੂੰ ਤੁਹਾਡੇ ਨਾਲ ਚੱਲਾਂਗੇ ਬੈਕੁੰਠ ਲੋਕ ਨੂੰ ਚਰਨੀ ਹੱਥ ਲਾ ਕੇ ਔਰੰਗਜ਼ੇਬ ਦੀ ਸਭਾ ਦੇ ਵਿੱਚ ਲਿਆਂਦੇ ਔਰੰਗਜ਼ੇਬ ਬਾਦਸ਼ਾਹ ਕਹਿੰਦਾ ਭਾਈ ਤੁਹਾਨੂੰ ਮੈਂ ਸੱਦਿਆ ਸਭਾ ਦੇ ਵਿੱਚ ਆ ਜਿਹੜਾ ਦੀਨ ਹੈ ਤੁਹਾਨੂੰ ਛੱਡਣਾ ਪਊਗਾ ਤੁਹਾਨੂੰ ਮੁਸਲਮਾਨ ਬਣਨਾ ਪਊਗਾ ਇਸ ਵਾਸਤੇ ਜੇ ਤਾਂ ਮੁਸਲਮਾਨ ਬਣ ਜਾਓਗੇ ਤਾਂ ਤੁਹਾਡੇ ਤੇ ਰਿਹਾਈ ਹੋ ਜੂ ਤੇ ਨਹੀਂ ਵੇਖ ਲਓ ਮੇਰੀ ਦੇਗ ਲਿਆਂਦੀ ਪਈ ਹੈ ਤੇ ਮੇਰਾ ਆਰਾ ਲਿਆਂਦਾ ਪਿਆ ਮਤੀ ਦਾਸ ਕਹਿੰਦਾ ਕਿ ਆਰੇ ਦਾ ਡਰਾ ਕਿਹਨੂੰ ਦਿੰਦਾ ਹੈ ਹਾਂ ਬ੍ਰਾਹਮਣ ਸਭਾ ਦੇ ਵਿੱਚ ਗਰਜ ਰਿਹਾ ਔਰੰਗਜ਼ੇਬ ਉਹ ਤੂੰ ਕਿਹਨੂੰ ਫੌਜਾਂ ਦੇ ਉੱਤੇ ਅਫਸਰ ਬਣਾਉਣਾ ਕਿਹਨੂੰ ਦੱਸਦਾ ਕਿ ਮਤੀ ਦਾਸ ਜਵਾਬ ਕਰਦਾ ਦੇਖਾਂ ਭਲਾ ਕਹਿ ਮਤੀ ਦਾਸ ਕਹਿ ਲਗਾ ਬਰਮਾ ਕੀ ਸਲਤਾਨਾ ਕਿਉਂ ਘਬਰਾਏ ਬੂਬ ਜੀ ਸੋ ਮਾਰੇ ਬਿਆਨਾ ਉਹ ਮਤੀ ਦਾਸ ਕਹਿੰਦਾ ਤੂੰ ਸੁਣਾਵੇ ਕਿਸ ਨੂੰ ਫੌਜਾਂ ਉੱਤੇ ਅਫਸਰ ਬਣਾਵੇ ਕਿਸ ਨੂੰ ਫੌਜਾਂ ਉੱਤੇ ਅਫਸਰ ਬਣਾਵੇ ਕਿਸ ਨੂੰ ਅਸੀਂ ਤਾਂ ਨਜ਼ਾਰਾ ਪੀਸ ਤਾਂ ਲੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਵਾਰੀ ਵਾਰ
ਵਾਰੀ ਥੋਂਦਾ ਮਾਨਸ ਜਰਮਨੀ ਇਹ ਬਿੰਦੇ ਬਿੰਦੇ ਥੋਂਦਾ ਵਾਰੀ ਵਾਰੀ ਥੋਂਦਾ ਮਾਨਸ ਜਰਮਨੀ ਛੱਡਾਂਗੇ ਸਰੀਰ ਛੱਡਣਾ ਧਰਮਨੀ ਵਾਰੀ ਸਰਜ ਗੁਰੂਆਂ ਦਾ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਅਸੀਂ ਉੱਥੋਂ ਤੁਰੇ ਹਾਂ ਦਲੀਲਾਂ ਧਾਰ ਕੇ ਅਸਾਂ ਪਹਿਲਾਂ ਹੀ ਤੁਰੇ ਹਾਂ ਅਸੀਂ ਉੱਥੋਂ ਤੁਰੇ ਹਾਂ ਦਲੀਲਾਂ ਧਾਰ ਕੇ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਕਾਮ ਕ੍ਰੋਧ ਮੋਹ ਲਾਉਂ ਤੇ ਹੰਕਾਰ ਨੇ ਇਹਨਾਂ ਨੇ ਵਿਖਾਉਣੇ ਮ੍ਰਿਤੂ ਦੇ ਦੁਆਰ ਨੇ ਇਹਨਾਂ ਨੇ ਵਿਖਾਉਣੇ ਮ੍ਰਿਤੂ ਦੇ ਦੁਆਰ ਨੇ ਆਸ਼ਾ ਕ੍ਰਿਸ਼ਨਾ ਇਹਨੇ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਲੱਗ ਜਾਂਦਾ ਮਨ ਇੰਦਰੀਆਂ ਮਗਰ ਜੀ ਉਹ ਲੱਗ ਜਾਂਦਾ ਮਨ ਇੰਦਰੀਆਂ ਮਗਰ ਜੀ ਲੱਗਦੀ ਨਾ ਕੋਈ ਇਸ ਨੂੰ ਖਬਰ ਜੀ ਦੋਜਖਾਂ ਚ ਆਏ ਦੋਜਖਾਂ ਚ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਅਸੀਂ ਉੱਥੋਂ ਤੁਰੇ ਦਲੀਲਾਂ ਧਾਰ ਕੇ ਦੇਣੀ ਕੁਰਬਾਨੀ ਪਿੱਛੇ ਸੰਸਾਰ ਕੇ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਕੰਨਾ ਕੀ ਡਰਾਵੇ ਤੂੰ ਵਿਖਾ ਕੇ ਆਰੇ ਨੂੰ ਇਹ ਤਾਂ ਤੇਰਾ ਚੀਰੂਗਾ ਮੁਲਕ ਸਾਰੇ ਨੂੰ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਮਿੱਟੀ ਦੇ ਬੁਰਜ ਨੇ ਅਖੀਰ ਪੈਣਾ ਇਹਦਾ ਜਿਹੜਾ ਮੌਤਦਾਰ ਹੈ ਇਹ ਮੈਨੂੰ ਬੜਾ ਚੀਰੂਗਾ ਤੈਨੂੰ ਨੀ ਚੀਰਦਾ ਪਰ ਮੇਰੇ ਕਿੱਥੇ ਪਾਈ ਇਹਦਾ ਜਿਹੜਾ ਮੌਤਦਾਰ ਹੈ ਇਹਦਾ ਸਾਰਿਆਂ ਦੇ ਸਿਰ ਤੇ ਟਿਕੂ ਰਾਜ ਤੇਰੇ ਵੀ ਟਿਕੂਗਾ ਇਹਦਾ ਜਿਸਨੇ ਜੀ ਪੈਦਾ ਹੋਏ ਮੌਤਦਾਰਾ ਤਾਂ ਸਾਰਿਆਂ ਦੇ ਸਿਰ ਤੇ ਟਿਕਣਾ ਤਿੰਨਾ ਕੀ ਜਾਵੇ ਤੂੰ ਵਿਖਾ ਕੇ ਆ ਰਹੇ ਨੂੰ ਇਹ ਤਾਂ ਤੇਰਾ ਚੀਰੂਗਾ ਮੁਲਕ ਸਾਰੇ ਇਹ ਤਾਂ ਸਾਰਾ ਹੀ ਮੁਲਕ ਚੀਰ ਦੂ ਬਾਦਸ਼ਾਹ ਤੂੰ ਕਾਹਤੋਂ ਕੜਕੇ ਹੰਕਾਰ ਮੈਂ ਅਸੀਂ ਤਨ ਛੱਡਣੇ ਤੁਹਾਰੇ ਦੁਆਰ ਮੈਂ ਵਾਦਾ ਇਸ ਕਾਫ ਨੂੰ ਜਲਾ ਸਦਲੇ ਮੇਰਾ ਹੁਕਮ ਹੈ ਇਹਨੂੰ ਆੜੇ ਨਾਲ ਚੀਰਿਆ ਜਾਵੇ ਮਤੀ ਦਾਸ ਕਹਿੰਦਾ ਹੈ ਤਾਂ ਤੈਨੂੰ ਮੈਂ ਪਹਿਲਾਂ ਹੀ ਕਹਿ ਚੁੱਕਿਆ ਉਹ ਰਾਜੇ ਨਾ ਤੇਰੇ ਮੂਹਰੇ ਭੰਨਣੇ ਘੜੋਬੇ ਮਿੱਟੀ ਦੇ ਇਹ ਜਿਹੜੇ ਮਿੱਟੀ ਦੇ ਘੜੇ ਆ ਤੇਰੇ ਸਿਰ ਚਾੜ ਕੇ ਹੀ ਜਾਵਾਂਗੇ ਤੇਰੇ ਸਿਰ ਕੁੱਖ ਤੇ ਫੇਰ ਵੀ ਕੱਟਾਂਗੇ ਤੇਰੇ ਵੀ ਉਹ ਬੱਕਰੇ ਨੂੰ ਇੱਥੋਂ ਗਿਆਨ ਹੋਇਆ ਨਾ ਸਜਨੇ ਨੂੰ ਉਹ ਆਹਦਾ ਅੱਗੇ ਆਪਾਂ ਕਰਦੇ ਤੂੰ ਮੇਰਾ ਸਿਰ ਵੜਦਾ ਆ ਮੈਂ ਤੇਰਾ ਵੜਦਾ ਆ ਉਹ ਅੱਗੇ ਭਾਈ ਸਾਹਿਬ ਜੀ ਆਪਣੀ ਇਹ ਗੱਲ ਇੱਕੋ ਜਿਹੀ ਹੋ ਗਈ ਉਨੀ ਵਾਰਾ ਤੂੰ ਵੱਢ ਲੇ ਤੇ ਉਨੀ ਵਾਰਾ ਵੱਢ ਲਿਆ ਮੈਂ ਤੇ ਤੂੰ ਮੇਰਾ ਸਿਰ ਵੱਢ ਤੇ ਗਾਂ ਵੱਢਣ ਵਾਲਾ ਮੈਂ ਬਣਾ ਆਹ ਯਾਰ ਨਵਾਂ ਕੰਮ ਕਿਉਂ ਛੇੜਦਾ ਇਹ ਨਾ ਕਰ ਜਿਵੇਂ ਆਪਾਂ ਕਰਦੇ ਆਏ ਹਾਂ ਨਾ ਉਵੇਂ ਕਰ ਉੱਥੋਂ ਗਿਆਨ ਆ ਗਿਆ ਵੀ ਤੂੰ ਵੀ ਮੇਰਾ ਵੀ ਵੜਨਾ ਆ ਉਹਦਾ ਤੂੰ ਕੀ ਲੱਗਦਾ ਜਦੋਂ ਮੇਰਾ ਵੜਦਾ ਤੇ ਤੇਰਾ ਨਹੀਂ ਵੜੂਗਾ ਕੋਈ ਮਤੀ ਦਾਸ ਮੋੜ ਕੇ ਫਿਰ ਬਾਦਸ਼ਾਹ ਨੂੰ ਫਿਰ ਜਵਾਬ ਕਰਦਾ ਰਾਜਨ ਲੈ ਤੈਨੂੰ ਹੋਰ ਵਰਮ ਗਿਆਨ ਸੁਣਾਈਏ ਇਹ ਤਾਂ ਮਿੱਟੀ ਦੇ ਘੜੇ ਆ ਤੇਰੇ ਸਿਰ ਚਾੜ ਕੇ ਤੇਰੇ ਸਿਰ ਕਰਜਾ ਕਰਕੇ ਤੇਰੇ ਮੂਹਰੇ ਭੰਨਿਆ ਇੱਕ ਬ੍ਰਾਹਮਣ ਜਵਾਬ ਕਰਦਾ ਦੇਖਾ ਭਲਾ ਕਹਿ ਰਾਜਨ ਸੁਣੀਏ ਬਾਰ ਗੋ ਕਿਆ ਤੂੰ ਲਗਾ ਡਰਾਉਣਾ ਚੇਤਨ ਸ਼ਕਤੀ ਨਾ ਮਰੇ ਵੇਗ ਪਰਾਣ ਬਤਾਉਣਾ ਉਹ ਬਾਦਿਸ਼ਾ ਤੂੰ ਕਾਹਤੋਂ ਕੜ ਕੇ ਹੰਕਾਰ ਮੈਂ ਅਸੀਂ ਤਾਂ ਨਹੀਂ ਛੱਡਣੇ ਤੁਮਾਰੇ ਦੁਆਰ ਮੈਂ ਉਹ ਗੰਦਗੀ ਦੇ ਗੁਸਲੇ ਫਿਰ ਨਾ ਪਿੱਟੀ ਦੇ ਤੇਰੇ ਮੂਹਰੇ ਬੰਨੇ ਨੇ ਡਰੋਲੇ ਮਿੱਟੀ ਦੇ ਇੰਦਰ ਨੂੰ ਲਾ ਕੇ ਦੇਖਦੇ ਦ੍ਰਿਸ਼ਟੀ ਨਿਗਾਹ ਨਾਲ ਲੱਗੀ ਜਾਂਦੀ ਸੀ ਸਰੀ ਸਿੱਕੀ ਉਹ ਬਰਮਾ ਦੇ ਸੋਨੇ ਬਾਜੀ ਮੂਹਰੇ ਸਿੱਕੀ ਦੇ ਤੇਰੇ ਮੂਹਰੇ ਬੰਨੇ ਨੇ ਡਰੋਲੇ ਮਿੱਟੀ ਦੇ ਪੀਰ ਦੇ ਪਖੰਬਰ ਖਪਾ ਦੇ ਪਾਵੀ ਨੇ ਮਹਾਬਾਲੀ ਬੰਨ ਕੇ ਚਲਾ ਦੇ ਪਾਵੀ ਨੇ ਉਹ ਬਾਲੀ ਦੇਖੇ ਦੇਖੇ ਆਉਣ ਤੱਕ ਪਿੱਟੀ ਦੇ ਤੇਰੇ ਮੂਹਰੇ ਬੰਨੇ ਨੇ ਕੜੋਲੇ ਮਿੱਟੀ ਦੇ ਸਾਨੂੰ ਹੈ ਹੁਕਮ ਸਾਡੇ ਗੁਰਦੇਵ ਦਾ ਡਰ ਨਹੀਂ ਮੰਨਣਾ ਔਰੰਗਜ਼ੇਬ ਦਾ ਰੂਨਿੰਦ ਦੇਖੇ ਮੇਦ ਨੀ ਤੇ ਲਿੱਟੀ ਦੇ ਤੇਰੇ ਮੂਹਰੇ ਬੰਨੇ ਨੇ ਕੜੋਲੇ ਮਿੱਟੀ ਦੇ ਉਹ ਰਾਜੇ ਕਿਤੇ ਪਾਉਂਦੇ ਨਾ ਸੁੱਖ ਜੀ ਜਿਹੜੇ ਰਾਜੇ ਜਿੰਦੇ ਪਾਰੇ ਜਾਨੂੰ ਦੁੱਖ ਜੀ ਪਾਰੇ ਜਾਦੇ ਲਾਰੇ ਜਿਹੜੇ ਆਪ ਜਿੱਤੀ ਦੇ ਤੇਰੇ ਮੂਹਰੇ ਬੰਨੇ ਨੇ ਕੜੋਲੇ ਮਿੱਟੀ ਦੇ ਜਿਨ੍ਹਾਂ ਨੇ ਅਦਬ ਕੀਤਾ ਅਵਤਾਰਾਂ ਦਾ
तेरे मुहे बने ने कड़ोले मिट्टी रे वीर चंदा लाला दी कदर पाई ना जौरी बिना इन्हों की पछाण आई ना जाते पिटी दे तेरे मुहे बने ने कड़ोले मिट्टी रे बादशाह तू का तो करके हंकार मैं असी तन छड़ने तुम्हारे द्वार में गंदगी दे गुतले फिर पिटी दे तेरे मूहरे भलने घड़ोले मिट्टी दे वारी वारी चाहता मान से जर्मनी दे देंगे शरीर छड़ना धर्मनी असी तो वारी वारी एक जन्म मिल सकता जिधर नूं ला के देखते दृष्टि और निगाह नाल रची जाती सी सृष्टि वर्मा जैसे देखे भावी मूहरे सिटी वर्मा जिधर दृष्टि कर दिंदा सृष्टि रची जाती है पर वह भी काल रहिंदा वह भी नहीं रहिंदा क्या पीर ते पकंबर खपा दे भावी ने महाबली बन के चला दे भावी ने पर बाली जैसे देखे और सच किसी बाली जैसे महाशूर में जो लड़ता सी अद्धी शक्ति बाली जोधी आ गई सी ते बाकी उन्होंने स्यापे होंगे वेखे असी जनानिया च बाली ने सानू हुक्म साडे गुरदेव का वह डर नहीं मनना रंग जेब का पर गुरु नंद देखे मेदनी ते लिटी दे अर्थ है नारू कहते महाराज तेरा तो गुरु कोई नहीं तुझा बेबरा है परमा कोई कहता महाराज मैंने तो लोग सौखा मारने वाला मारना ही है तू बेबुरे पुरुष का दर्शन करने वाला महाराज मैं गुरु की नू तारा आते जाने बड़ा महारिषि बने फिर बोला फिर मैं चंगा दसो मैं गुरु की नू तारा क्यों नहीं है तुझा आप ही नहीं चला करता हमने बंदा जा सवेरे तड़के उठ के जाही सुबह साल जो रास्ते तेन पहला टक्कर पे तुम्हारा गुरु हो नार उठ के तो गया उस स्ने कुछ और मछियां पड़ के टोकरा भरी जाता सी उन्हें तो सिर मारता नाग ने ये इन मैं गुरु आखा ये चोर बंद का मुड़िया क्यों भी गुरु तारा कोई भगवान कहना जी गुरु का ना तारा की जो गुरु कुछ नहीं कि हे जासी मेरा मछियां फड़ी आता सी ये कोई जान सी बस फिर तेन 84 भोगनी पौगी तो लिख भी जाएगा तो लुड़ लिट के ढाई जाई फिर 84 मिनट उन्हें पैना पौगा तो वर्मा को कहा जाके महाराज मैंने कहा 84 बताओ जी तुम लिखते हो जीव किन्ने बनाने वो वर्मा लिखी जाता तो नार लिड़ लिड़ के ढाई मती दास कहता वर्मा जैसे देखे भावी मूहरे सिटी दे गुरु निंद देखे मेदनी से लिटी दे गुरुआ निंद वाले पृथ्वी से लिटते वेखे असी जेड़े राजे परजा देंदे दुख जी और राजे कि पालने ना सुख जी परजा के नाल जेड़े ने बठीटी दे जेड़े परजा सुख नहीं देंगे वो राजे राज नहीं करते जिन्होंने आदो किया अवतारा का वो मनिया ना डर भारी सरकार का कर गए सी राज बेटे तिरजिटी दे तिरजिटी राशनी बिगटा धुंध बीज तो रावण सीता चला के लै गया बेअंत माया जग्यासू अर्पण कर दिया तलवार किया जाता है उत्ते राक्षणियां ला दियां रावण ने भी डराओ मसाला फड़ के तो मैं पति धारण करे ओली धुंध भी सी बिगटा सी डरावनी है जी तिरजटी सी सतमागन सी दिलासा दी रही सीता तेरा बसौकी सिर बना के तेरा पति परलोकी ना तुम कौन मारने वाला दिलासा दिता बहुत सेवा कर दी रही अखीरकार जो का सर हो गई हनुमान जी लैन गए वह तिरजटी कहती माता मैं तेरी सेवा करी है मैनू भी कोई फल दे जाना सीता कहती जा माता तेरे पुत्र 100 बस करे कल हा कौन होया अंग्रेज जिन्होंने अदम किया अवतारा का मनिया ना डर भारी सरकार का पर करके सी राज बेटे तेरी जीती दे तेरे मूहरे भलने घड़ोले मिट्टी दे वीर चंदा लाला की कदर पाई ना पर जोरी बिना इन्हों की पछाण आई ना बंदगी बगैर यह जाते पिटी ये तो बंदगी के बिना पिछे जाते आई इस गल वी है यही भुलिया फिरदा कोई राज लैन फिरदा कोई कुछ कर फिरदा नहीं आया तो इस गल का मारा फिर 84 का चक्कर नहीं निकला जो होर किसी जूनी पाया गया और अंगजे पातशाह कहता हो जा मैनू सभा दे विच आके ज्ञान दिंदा ब्राह्मण इसनू आरे के संग चीरिया जाए मती दास कहता जाता जाता भाई दयाले नू भाई साहब जी किते मेरी मौत देख तू ना मंगो कम जी कोई बादशाह का हुक्म ना मनाई बादशाह की आपा तिरखा बजा दीए जल रूपी खून इसनू पिया दीए भी भाई काफी देर का प्यासा है मती दास देवे दयाले नू दिलासा है जाकत सुपनपुरी सकोगता
पर इन्हां च नहीं यार दा दीदार होवता कित्थों तां ब्राह्मण ने दस्सिया ओहदा जागृत सुपन पूरी सखोवता इन्हां च ना यार दा दीदार होवता पर तुरिया दा सैर करदा खलासा है। मती दास ने वेद्या ने दस बार द्वारा ना तुरिया ओहदे च दर्शन हुंदा तिन्ना पुरियां च नहीं डोलना जाई। अकबार सिंह छट दे शरीर नूं पर गुरुआं दी मूहरे रख तशबीर नूं वेखना की इहदा जगत तमाशा है। मती दास ने वेद्यालय ने दिलासा है। मती दास बलास सलाब का है जैसे गीता में पार्थ को ज्ञान किया है। डोली मती सती हो जी पति नाल जिसने ये मिथ्या जहान किया है। ब्रह्म की बातें सलाह कर पूसर बैठ के खूब स्नान किया है। ए संसार ना प्यार नहीं कुछ गुरुआं की मूर्त का ध्यान किया है। हाँ बड़ी बड़ी गल है। स्नान कर ब्राह्मण ने ब्राह्मण दी ऐसे सिख दी बर्म ज्ञानी दी दिल्ली चांदनी चौक में शहीदी हुंदी है। देखा भला कैसी बिजली समान करके जला दी मन जाया जे को हुन बर्बाद जी कल मैं हुंदी आ बुरे शहर दी ओ कर के करे जे कर तार यार दी ओ करे जे कर तार यार दी। विचो मती दास नो आवाज आई है ओ विचो मती दास नो आवाज आई है पर मरे बिना कई यार दी न खाई है। ओ लजत पीर ने नजारे दी ओ करे जे कर तार यार दी बुरा हाल कीता सोनी ते शबीर दा मती शहीदी अंदर सतारे दी उतारे चितारे तार यार दी देवते करन लगे त्रास त्रास जी ओ देवते करन लगे त्रास त्रास जी शंकर समेत डोल गया कलाश जी मनारे दी सृष्टि भुल गया ब्रंच जी सोचा विच पै के रुल गया ब्रंच जी सोचा विच पै के रुल गया ब्रंच जी वेखी जग तो नारे दी बिशनपुरी च करलाट पै गया छेजा उतो उठ के सोनी पै गया कमला नु कोई ना खबर कर दी उतारे चितरे चितरे तार यार दी हल पै गया उत्ते संसार के ऋषि मुनि बह गए भजन वसार के विचारे भी दादा चलिया जावे खेदनी दगा मग डोले खांदी है मेदनी दगा मग डोले खांदी है मेदनी बंद चके ना जुलम पारे भी उतारे चितरे चितरे तार यार दी खैच इधर उधर दी वो पैंदी है खैच इधर उधर दी दो ही पासी तार चल दी उधर दी शब्द दस में द्वारे दी करे तार यार दी बंद हो गए दुनिया विखाण वाले जो बंद हो गए दुनिया विखाण वाले जो टकूरा ने सहारे भी उतारे चितरे चितरे तार यार दी उतारे चितरे तार यार दी मर जाऊंगी कागज है पाठ दा शाही मर जाऊंगी कागज है पाठ दा कर
ਕਰਤਾ ਪਰ ਹੜ ਚੀਰ ਕੇ ਲਲਾਟਦਾ ਭਾਈ ਹੱਲ ਜਾਵੇ ਨਾ ਸਮੁੰਦ ਖਾਰੇ ਦੀ ਉਹ ਕਰ ਕੀ ਕਰੇ ਕਿ ਕਰ ਧਾਰੇ ਆਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਸ਼ਾਇਰੀ ਕਿਵੇਂ ਲਿਖੇ ਦਰਦ ਕਹਾਣੀ ਹੈ ਸ਼ਾਇਰੀ ਕਿਵੇਂ ਲਿਖੇ ਦਰਦ ਕਹਾਣੀ ਹੈ ਨੇਤਰਾਂ ਚੋਂ ਬੰਦ ਹੋਣ ਦਲ ਪਾਣੀ ਹੈ ਭਾਈ ਹੱਲ ਜਾਵੇ ਨਾ ਸਮੁੰਦ ਖਾਰੇ ਦੀ ਉਹ ਕਰ ਕੀ ਕਰੇ ਕਿ ਕਰ ਧਾਰੇ ਆਰੇ ਦੀ ਪਾਠ ਜਪ ਜੀ ਸਾਹਿਬ ਦਾ ਕਰੀ ਜਾਂਦਾ ਪਾਠ ਜਪ ਜੀ ਸਾਹਿਬ ਦਾ ਲੱਗੇ ਟੁਕੜੇ ਨੇ ਹੁਲਾਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਕੰਠ ਦੇ ਵਿਚਾਲੇ ਜਦੋਂ ਪਾ ਲਿਆ ਚੀਰ ਨੂੰ ਉਹ ਕੰਠ ਦੇ ਵਿਚਾਲੇ ਜਦੋਂ ਪਾ ਲਿਆ ਚੀਰ ਨੂੰ ਪਾਸੇ ਹੋ ਗਿਆ ਪੌਰ ਛੱਡ ਕੇ ਸਰੀਰ ਨੂੰ ਆਉਂਦੀ ਲੰਦ ਤਾਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਲੱਕਤਾਂ ਚੀਰ ਚੀਰ ਰਿਹਾ ਛਾਤੀ ਹੈ ਕਰੜ ਕਰੜ ਹੱਡੀਆਂ ਨੇ ਲਾਤੀ ਹੈ ਕਰੜ ਕਰੜ ਹੱਡੀਆਂ ਨੇ ਲਾਤੀ ਹੈ ਵੇਲੀ ਲੱਖੀ ਬਣ ਯਾਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਉਹ ਕਰ ਕੇ ਕਰੇ ਕਿ ਕਰ ਧਾਰੇ ਆਰੇ ਦੀ ਪੇਟ ਨੂੰ ਬਣਾਤਾ ਫਾੜੀਆਂ ਚੀਰ ਕੇ ਤੇ ਪੇਟ ਨੂੰ ਬਣਾਤਾ ਫਾੜੀਆਂ ਕਾਜੀ ਖੁਸ਼ ਹੋ ਕੇ ਮਾਰਦੇ ਨੇ ਤਾੜੀਆਂ ਮੱਤੀ ਠੰਡੀ ਹੋ ਗਈ ਬਾਦਸ਼ਾਹ ਤਾਰੇ ਦੀ ਉਹ ਕਰ ਕੇ ਕਰ ਕੇ ਕਰ ਧਾਰੇ ਆਰੇ ਦੀ ਉਹ ਕਰ ਕੇ ਕਰ ਕੇ ਕਰ ਧਾਰੇ ਆਰੇ ਦੀ ਅਕਬਾਲ ਸਿੰਘਾ ਭੇਜਿਆ ਭਗਵਾਨ ਦਾ ਪਾਰ ਖਦ ਲਿਆਏ ਵਾਹਿਦ ਭਗਵਾਨ ਦਾ ਪਾਰ ਖਦ ਲਿਆਏ ਵਾਹਿਦ ਭਗਵਾਨ ਦਾ ਪਹਿਲੀ ਆ ਕਦੇ ਨੇ ਰੱਬ ਦੇ ਪਿਆਰੇ ਦੀ ਉਹ ਪੈਂਦੀ ਆ ਕਦੇ ਨੇ ਰੱਬ ਦੇ ਪਿਆਰੇ ਦੀ ਉਹ ਕਰ ਕੇ ਕਰ ਕੇ ਕਰ ਧਾਰੇ ਆਰੇ ਦੀ ਖੈਚ ਦੇ ਤਾਰਾ ਬਣਿਆ ਸੀ ਸਾਰ ਸਾਰ ਕਹਿੰਦੇ ਲੋਹੇ ਨੂੰ ਖੈਚ ਦੇ ਤਾਰਾ ਬਣਿਆ ਸੀ ਸਾਰ ਦਾ ਉਹ ਆਉਂਦਾ ਸ਼ਬਦ ਵਿੱਚ ਓਂਕਾਰ ਦਾ ਓਂਕਾਰ ਦਾ ਸ਼ਬਦ ਪਹਿਲੇ ਤੋਂ ਇਹੀ ਮੰਨਦਾ ਹੈ ਨਾ ਬਿਜਲੀ ਸਮਾਨ ਕੜਕੇ ਜਲਾਦ ਜੀ ਮੰਨ ਜਾ ਜੇ ਕਿ ਹੁਣ ਬਰਬਾਦ ਜੀ ਗਲਤੀ ਮਾਫ ਹੁੰਦੀ ਆ ਪੁਰਸ਼ ਹਾਰੇ ਦੀ ਕਰਚ ਕਰਚ ਕਰੇ ਤਾਰਾ ਬਿਜਲੀ ਦੀ ਤਰ੍ਹਾਂ ਦੋਵੇਂ ਜਲਾਦ ਕਰਕੇ ਉਹ ਮਤੀ ਦਾਸ ਅਜੇ ਆਰਾ ਚੱਕ ਦਿੰਦੇ ਤੇਰੇ ਸਿਰ ਤੋਂ ਅਜੇ ਮੰਨ ਜਾ ਦੀਨ ਕਬੂਲ ਲਾ ਉਹ ਕੀ ਕਹਿੰਦਾ ਵਿੱਚੋਂ ਮਤੀ ਦਾਸ ਤੋਂ ਆਵਾਜ਼ ਆਈ ਆ ਉਹ ਮਰੇ ਬਿਨਾ ਗਲੀ ਯਾਰ ਦੀ ਨਾ ਥਿਆਈ ਆ ਇਸ ਮਜਲ ਤੋਂ ਬੜਾ ਮਜਲੀ ਨੀ ਮਿਲ ਗਈ ਪਰ ਐਵੇਂ ਨਹੀਂ ਲੱਗੀ ਪ੍ਰੇਮ ਦੇ ਹਲਾਰੇ ਦੀ ਕਰਚ ਕਰਚ ਕਰੇ ਧਾਰਾਰੇ ਦੀ ਲੈ ਕੇ ਸਿਹਤ ਨੱਕ ਦੀ ਮੱਥੇ ਨੂੰ ਚੀਰ ਦਾ ਬੁਰਾ ਹਾਲ ਕੀਤਾ ਸੋਹਣੀ ਤਸ਼ਵੀਰ ਦਾ ਉਹ ਟਾਈ ਜਾਂਦੇ ਛੱਤ ਦਸਵੀਂ ਦੁਆਰੇ ਦੀ ਘਰ ਚ ਕਰਜ ਕਰੇ ਧਾਰਾਰੇ ਦੀ ਸ਼ਾਇਰੀ ਕਿਵੇਂ ਲਿਖੇ ਦਰਦ ਕਹਾਣੀ ਹੈ ਆਦਾ ਲੱਗ ਗਈ ਆ ਕਮਲੇ ਕਲਮ ਸ਼ਾਇਰੀ ਦੀ ਨਿਗਾਹ ਕਿਉਂ ਨੀ ਪਾੜਦੀ ਰੰਗੇ ਵੈਰੀ ਦੀ ਸਦਾ ਤੁਸੀਂ ਚੋਟ ਪੈਂਦੀ ਹੈ ਨਗਾਰੇ ਦੀ ਕਵੀ ਦੀ ਕਲਮ ਕਮਲੀ ਲੱਗ ਗਈ ਹੈ ਜੀ ਕਵਿਤਾ ਲਿਖਣੀ ਬੜੀ ਮੁਸ਼ਕਿਲ ਆ ਆਦਾ ਕਰਤਾ ਪਰਾਲ ਚੀਰ ਕੇ ਲਲਾਟ ਦਾ ਸ਼ਾਹੀ ਮਰਜਾਉਂਦੀ ਕਾਗਜ਼ ਸ਼ਾਹੀ ਮਰਜਾ ਰਹੀ ਹੈ ਕਾਗਜ਼ ਪਾੜਦਾ ਕਵਿਤਾ ਕਹਿੰਦਾ ਕੈਸੇ ਲਿਖੇ ਮਤੀ ਦਾਸ ਦਾ ਤਾਂ ਚੱਲਿਆ ਜਾਵੇ ਖੇਤ ਨੀ ਡਗਾ ਮਗ ਡੋਲੇ ਖਾਮ ਦੀ ਆ ਮੇਜ ਦੀ ਧੌਲਾ ਪੰਡ ਚੱਕੇ ਨਾ ਜੁਰਮ ਭਾਰੇ ਦੀ ਕ੍ਰਿਸਵੀ ਹਲਣ ਲੱਗੀ ਟਾਈਮ ਦੀ ਆ ਖੈਂਚ ਇੱਧਰ ਉੱਧਰ ਦੀ ਦੋਹੀ ਪਾਸੀ ਤਾਰ ਚੱਲਦੀ ਉੱਧਰ ਦੀ ਕਿਤੇ ਉਹ ਖਿੱਚਦਾ ਕਿਤੇ ਉਹ ਕਹਿੰਦਾ ਦੋਹੀ ਪਾਸੀ ਰੁਦਰੀਆਂ ਲਹੂ ਦੀਆਂ ਤਾਰਾਂ ਪੈਂਦੀਆਂ ਫਿਰ ਕੀ ਹੋਇਆ ਦੇਵਤੇ ਕਰਨ ਲੱਗੇ ਦਾਸ ਦਾਸ ਜੀ ਸ਼ੰਕਰ ਸਮੇਤ ਡੋਲ ਗਿਆ ਕਲਾਸ ਧੌਲਾ ਪੰਡ ਚੱਕੇ ਨਾ ਜੁਰਮ ਭਾਰੇ ਦੀ ਕਰਚ ਕਰਚ ਕਰੇ ਧਾਰ ਆਰੇ ਦੀ ਪਰ ਰਜਨੋ ਸ੍ਰਿਸ਼ਟੀ ਭੁੱਲ ਗਿਆ ਪ੍ਰੰਚ ਜੀ ਬ੍ਰਹਮਾ ਸੀ ਜਿਹੜਾ ਸ੍ਰਿਸ਼ਟੀ ਰਚਣਾ ਭੁੱਲ ਗਿਆ ਸੀ ਦੇਖ ਕੇ ਸੋਚਾਂ ਵਿੱਚ ਪੈ ਕੇ ਰੁੱਲ ਗਿਆ ਪ੍ਰੰਚ ਜੀ ਦੇਖੀ ਕੁਰਬਾਨੀ ਚੰਦ ਚਮਕਾਰੇ ਦੀ ਕਰਚ ਕਰਚ ਕਰੇ ਧਾਰ ਆਰੇ ਦੀ ਛੇਜਾ ਉੱਤੋਂ ਉੱਠ ਕੇ ਸਵਾਮੀ ਬਹਿ ਗਿਆ ਪਰ ਬਿਸ਼ਨਪੁਰੀ ਚ ਕਰਲਾਟ ਪੈ ਗਿਆ ਕਮਲਾ ਨੂੰ ਕੋਈ ਨਾ ਖਬਰ ਕਰੇ ਦੀ ਭਗਵਾਨ ਸਰਬਦੀਸ਼ਿਆ ਦਰਜ ਉੱਠ ਕੇ ਬਹਿ ਕੇ ਰੋਣ ਲੱਗ ਗਏ ਕਮਲਾ ਜਿਹੜੀ ਲਕਸ਼ਮੀ ਉਹਨੂੰ ਕੋਈ ਪਤਾ ਨਹੀਂ ਕੀ ਗੱਲ ਹੋਈ ਜਾਂਦਾ ਕੋਲਾ ਹੱਲ ਪੈ ਗਿਆ ਉੱਤੇ ਸੰਸਾਰ ਕੇ ਰਿਸ਼ੀ ਮੁਨੀ ਬਹਿ ਗਏ ਭਜਨ ਵਸਾਰ ਕੇ ਬਾਹੀ ਹੱਲ ਜਾਵੇ ਨਾ ਸਮੁੰਦ ਖਾਰੇ ਦੀ ਕਰਚ ਕਰਚ ਕਰੇ ਧਾਰ ਆਰੇ ਦੀ ਕਰਕੇ ਧਿਆਨ ਆਪਦੇ ਮਹਿਬ ਦਾ ਉਹ ਕਰੀ ਜਾਂਦਾ ਪਾਠ ਜਪਜੀ ਸਾਹਿਬ ਦਾ ਔਖੀ ਆ ਮਜਲ ਪ੍ਰੇਮ ਦੇ ਹਲਾਰੇ ਪਰ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ ਚੀਰ ਦਿੱਤਾ ਸਨ ਨੈਣਾ ਦੇ ਵਿਚਾਲੇ ਜੋ ਬੰਦ ਹੋਵੇ ਦੁਨੀਆਂ ਵਿਖਾਉਣ ਵਾਲੇ ਆ ਜਿਹੜਾ ਆਸਨ ਸੀ ਦੋਵਾਂ ਸਹੇਲੀਆਂ ਦਾ ਚੀਰ ਤਾਂ ਉਹ ਪਾਠ ਕਰੀ ਜਾਂਦਾ ਜਦੋਂ
ਇੱਥੇ ਆ ਗਿਆ ਆ ਰਹਾ ਉਹ ਜਪਜੀ ਸਾਹਿਬ ਦਾ ਵੀ ਪਾਠ ਹੋ ਗਿਆ। ਪਰ ਆਈ ਆਵਾਜ਼ ਸਿੰਘ ਦੇ ਜਕਾਰੇ ਦੀ, ਜਕਾਰੇ ਦੀ ਆਵਾਜ਼ ਆਈ ਕੰਠ ਦੇ ਵਿਚਾਲੇ ਜਦੋਂ ਪਾ ਲਿਆ ਚੀਰ ਨੂੰ ਪਾਸੇ ਹੋ ਗਿਆ ਭੌਰ ਛੱਡ ਕੇ ਸਰੀਰ ਨੂੰ ਉਹ ਤਾਰ ਬਿਨਾਂ ਆਵਾਜ਼ ਆਉਂਦੀ ਨੀ ਦਤਾਰੇ ਦੀ। ਜਿਹੜਾ ਦਤਾਰਾ ਉਹਦੀ ਤਾਰ ਹੀ ਹੈ ਨਾ ਗਿਆਨ ਰੂਪੀ, ਜੇ ਤਾਰ ਕੱਢੀ ਜਾਵੇ ਉਹਦਾ ਲੱਕੜਾ ਕੂੰਗਾ ਫੇਰ ਨਹੀਂ ਬੋਲਣਾ। ਤਾਰ ਬਿਨਾਂ ਆਵਾਜ਼ ਆਉਂਦੀ ਨੀ ਦਤਾਰੇ ਦੀ, ਘਰ ਚ ਕਰ ਚ ਕਰੇ ਤਾਰ ਵਾਲੇ ਦੀ, ਤਾਂ ਤੱਕ ਚੀਰ ਚੀਰ ਰਿਹਾ ਛਾਤੀ ਹੈ, ਕਰੜ ਕਰੜ ਹੱਡੀਆਂ ਨੇ ਲਾ ਦੀ, ਆਪਾਂ ਦੇਖਦੀ ਹਵੇਲੀ ਲੱਖੀ ਬਨਜਾਰੇ ਦੀ, ਘਰ ਚ ਕਰ ਚ ਕਰੇ ਤਾਰ ਵਾਲੇ ਦੀ, ਚੀਰ ਕੇ ਦੇ ਪੇਟ ਨੂੰ ਬਣਾ ਤਾ ਫਾੜੀਆਂ, ਕਾਜੀ ਖੁਸ਼ ਹੋ ਕੇ ਮਾਰ ਦੇਣ ਤਾੜੀਆਂ, ਉਹ ਛਾਤੀ ਠੰਡੀ ਹੋ ਗਈ ਬਾਦਸ਼ਾਹ ਹੰਕਾਰੇ ਦੀ। ਅਕਬਾਲ ਸਿੰਘਾਂ ਭੇਜਿਆ ਭਗਵਾਨ ਦਾ ਪਾਰ ਖਦ ਲਿਆਏ ਬਾਰੇ ਪੁੱਜ ਗਿਆ। ਭਗਵਾਨ ਨੇ ਪਾਰ ਖਦਨ ਲੈ ਕੇ ਜਾਓ ਮਤੀ ਦਾਸ ਨੂੰ ਔਰ ਵੈਕੁੰਠ ਮੈਂ ਲਿਆਓ। ਭਗਵਾਨ ਲੈ ਕੇ ਆ ਗਏ, ਚੱਲ ਮਤੀ ਦਾਸਾ ਤੇਰੀ ਭਗਤੀ ਪੂਰੀ ਹੈ ਤੇ ਚੜ੍ਹ। ਕਹਿੰਦਾ ਨਹੀਂ, ਠਹਿਰ ਜਾਓ, ਇਸ ਜਗ੍ਹਾ ਮੈਂ ਕਿਉਂ ਕਰਤੇ ਹਾਂ ਕਾਲ, ਇਸ ਮਾਰਗ ਮੈਂ ਆ ਰਹੇ, ਇਸ ਮਾਰਗ ਵਿੱਚ ਮੇਰਾ ਗੁਰੂ ਤੇਗ ਬਹਾਦਰ ਜੀ ਤੇ ਜਾਲਾ ਵੀ ਆ ਰਹੇ ਆ, ਤਿੰਨੇ ਜਾਵਾਂਗੇ ਅਸੀਂ ਸ਼ਿਸ਼ ਮੁਰਸ਼ਦ ਦੇ ਨਾਲ, ਅਸੀਂ ਤਾਂ ਦੋਵੇਂ ਆਪਦੇ ਗੁਰੂ ਦੇ ਨਾਲ ਜਾਵਾਂਗੇ, ਠਹਿਰ ਜਾਓ। ਠਹਿਰ ਗਏ ਨੇ ਦੇਵ ਭਗਵਾਨ ਲੈ ਕੇ, ਮਤੀ ਦਾਸ ਨੇ ਜਦੋਂ ਜਵਾਬ ਕੀਤਾ ਉਹਦੇ ਖੁਸ਼ੀ ਹੋਈ ਬੜੀ, ਜਾਨਵਾਂ ਨੂੰ ਬੜਾ ਰਾਗ ਜੀ ਨਾਲ ਰਵਾਬ ਕੀਤਾ, ਲਿਆਓ ਦੂਜੇ ਨੂੰ ਅਸਾਂ ਦੇ ਸਾਹਮਣੇ ਜੀ, ਨਾ ਸਿੱਖਾਂ ਨੇ ਬਹੁਤ ਖਰਾਬ ਕੀਤਾ, ਇੱਕੇ ਲੱਤ ਦੇ ਜਾਣਦੇ ਮੰਨਦੇ ਨੇ, ਸੀਨਾ ਦਾ ਭੁੱਲ ਕਬਾਬ ਕੀਤਾ, ਰਾਜਾ ਕੋਲ ਦੇ ਵਿੱਚ ਸਮਾਨ ਦਾ ਨਹੀਂ, ਦੋਵੇਂ ਨੈਣਾ ਤੋਂ ਵਾਂਗ ਸ਼ਰਾਬ ਕੀਤਾ, ਨਿਕਲ ਜਾਓ ਵੀ ਮਹਿਲ ਜੋ ਹੋਏ ਮੰਦਰ ਜਦੋਂ ਫੜ ਕੇ ਵਿੱਚ ਤਜਾਬ ਕੀਤਾ, ਉਹ ਜ਼ੁਲਮ ਕਰੇ ਅਕਾਲ ਇਕਬਾਲ ਸਿੰਘਾਂ ਪਰ ਪਤਾ ਲੱਗੂਗਾ ਜਦੋਂ ਹਿਸਾਬ ਕੀਤਾ, ਇਹ ਲਈ ਜਾਂਦਾ ਕਿਤੇ ਬੋਲੀ ਚੱਕ ਲਿਆਉਂਦਾ ਖੜਦੀ, ਕਿਤੇ ਵੜੇਵਿਆਂ ਦੀ, ਕਿਤੇ ਗੁੜ ਲਿਆਉਂਦਾ, ਜਦੋਂ ਉਹਨਾਂ ਨੇ ਗੱਡਾ ਵਹੀ ਸਿੱਟ ਲਈ ਫਿਰ ਜਦੋਂ ਹਿਸਾਬ ਕੀਤਾ ਫਿਰ ਪਤਾ ਲੱਗੂ ਮੇਰੇ ਸਰੇਨਾ ਕਰਜ਼ਾ ਹੋ ਗਿਆ। ਜ਼ੁਲਮ ਕਰੇ ਅਕਾਲ ਇਕਬਾਲ ਸਿੰਘਾਂ ਪਰ ਪਤਾ ਲੱਗੂਗਾ ਜਦੋਂ ਹਿਸਾਬ ਕੀਤਾ, ਉਸ ਦੂਸਰੇ ਨੂੰ ਹਮਾਰੇ ਪੇਸ਼ ਕਰੋ। ਤਾਂ ਦਿਆਲਾ ਜੀ ਪੇਸ਼ ਕਰਤਾ ਭਾਈ ਸਾਹਿਬ ਜੀ, ਉਹਦੇ ਆੜੇ ਨਾਲ ਚੀਰਿਆ ਗਿਆ ਤੇ ਆ ਮੇਰੀ ਦੇਗ ਤੇਰੇ ਵਾਸਤੇ ਲੈਂਦੀ ਹੈ, ਮੁਸਲਮਾਨ ਬਣ ਜਾ ਤੇ ਨਹੀਂ ਮੈਂ ਦੇਗ ਦੇ ਵਿੱਚ ਪਾ ਕੇ ਆਲੂ ਦੀ ਤਰ੍ਹਾਂ ਕੋਲਾ ਕਰਕੇ ਰਿੰਨ ਕੇ ਮਾਰ ਦੂੰ, ਉਹਦਾ ਉਹੀ ਮਜ਼ਲ ਮੇਰੀ ਹੈ। ਮਤੀ ਦਾਸ ਮੁੱਝ ਕੋ ਅਰੀਕੀ ਜਾਂਦਾ ਛੇਤੀ ਕਰ, ਮੇਰੇ ਨਾਲ ਦਾ ਮੇਰਾ ਗੁਰ ਭਾਈ ਮੈਨੂੰ ਲਿਖੀ ਜਾਂਦਾ, ਜ਼ਿੰਦਗੀ ਲਗਾਈ ਨਾ ਮਗਰ ਯਾਰ ਦੇ ਉਹ ਖੱਟਿਆ ਕਿਉਂ ਨੇ ਵਿੱਚ ਸੰਸਾਰ ਦੇ, ਦੂਤਾਂ ਦੇ ਹੱਥਾਂ ਦੇ ਵਿੱਚ ਕਰਲਾਉਂਦਾ ਹੋਏ ਮਤੀ ਦਾਸ ਮੁੱਝ ਕੋ ਰੇਖੀ ਜਾਂਦਾ ਹੈ, ਕਿਸੇ ਪਿੱਛੇ ਹੋਈ ਜੀ ਦੀ ਕੁਰਬਾਨੀ ਨਾ, ਪਰ ਦੁਨੀਆਂ ਤੇ ਕੋਈ ਉਸ ਦੀ ਨਿਸ਼ਾਨੀ ਨਾ, ਵੇਦ ਤੇ ਕਾਣ ਪਿਆ ਕਰਲਾਉਂਦਾ ਮਤੀ ਦਾਸ ਮੁੱਝ ਕੋ ਰੇਖੀ ਜਾਂਦਾ ਹੈ, ਤੂੰ ਤਾਂ ਪਾਈ ਜਾਂਦਾ ਕਥੂਰ ਰਾਜਨਾ, ਪਰ ਖੁਦੀ ਨਾ ਖੁਦਾ ਨੂੰ ਮਨਜ਼ੂਰ ਰਾਜਨਾ, ਜਿਹੜੀ ਮਜ਼ਲ ਤੇ ਲੱਗਿਆ ਖੁਦਾ ਨੂੰ ਮਨਜ਼ੂਰ ਨਹੀਂ, ਬਖਸ਼ਿਆ ਨਾ ਜਾਂਦਾ ਪਾਪ ਜੋ ਕਮਾਉਂਦਾ ਹੈ, ਮਤੀ ਦਾਸ ਮੁੱਝ ਕੋ ਉੜੀਕੀ ਜਾਂਦਾ ਹੈ। ਅਕਬਾਲ ਸਿੰਘਾਂ ਲੈਣਾ ਆਜ਼ਾਦੀ ਨੂੰ ਨਾਲ ਵਾਲੀ ਮੌਤ ਦੇ ਕਾਰਨ ਕੇ ਸ਼ਾਦੀ ਨੂੰ, ਪਰ ਇਹ ਪਾਈ ਬੈਠੀ ਡੋਰੀ ਤੇ ਪਰਾਂਦਾ ਮਤੀ ਦਾਸ ਮੁੱਝ ਕੋ, ਇਹ ਮੌਤ ਨੂੰ ਕੋਈ ਆਪਦੇ ਆਪ ਪਾਉਂਦਾ ਅੱਖ, ਇਹਦੇ ਨਾਲ ਅਸੀਂ ਇਹਨੂੰ ਵਿਆਹਣ ਵਾਸਤੇ ਆਏ, ਸ਼ਿੰਗਾਰ ਲਾਈ ਬੈਠੀ ਹੈ, ਡੋਰੀ ਪਰਾਂਦਾ ਪਾਈ ਬੈਠੀ ਹੈ, ਚੱਕ ਤੂੰ ਆਪਦੀ ਦੇਗ, ਤਾਂ ਹੈ ਸ਼ਹੀਦੀ ਦੇ ਮਗਰੋਂ ਕਾਫੀ ਤਾਂ ਬਹੁਤ ਸਾਰੀ ਵੱਡੀ, ਆਪਾਂ ਬਾਹਰ ਨਹੀਂ ਕਰਦੇ, ਤਾਂ ਸਮਾਂ ਹੁਣ ਦਿਆਲੇ ਦੀ ਸ਼ਹੀਦੀ ਔਰੰਗਜ਼ੇਬ ਬਾਦਸ਼ਾਹ ਦਾ ਘਾਟ ਨੂੰ ਦੇਗ ਦੇ ਵਿੱਚ ਪਾ ਕੇ ਵਾਲਿਆ ਜਾਏ, ਦੇਗ ਬੜੀ ਟਬਲਾ ਉਹਦੇ ਵਿੱਚ ਪਾ ਕੇ ਪਾਈ ਮਤੀ ਦਿਆਲ ਸਿੰਘ ਤੇ ਖੜਪਾਲਾਂ ਦੀ ਅੱਗ ਡਾ ਕੇ, ਉੱਤੋਂ ਦੇਗ ਖਾਮੀ ਜਾਂਦੀ ਹੈ, ਖੜਪਾਲਾਂ ਮਚਦੀਆਂ, ਇੱਕ ਭਾਈ ਦਿਆਲੇ ਸਿੰਘ ਦੀ ਸ਼ਹੀਦੀ ਹੁੰਦੀ ਹੈ, ਔਰੰਗਜ਼ੇਬ ਦੀ ਸਭਾ ਮੈਂ ਦੇਖਾ ਭਲਾ ਕੈਸੇ, ਸਿੱਖ ਨਾ ਗੁਰ ਕਾ ਮਾਨਿਆ ਦਿੱਤਾ ਦੇਗ ਵਿੱਚ ਦਾਖਲ ਪਾਣਾ ਮੋਟੀਆਂ ਅਗਨੀ ਦਿੱਤੀ ਜਲਾਏ, ਹੋ ਜਲ ਮੇ ਰੰਗ ਜੇਬ ਨੇ ਹੁਕਮ ਸਾਲਾ ਤਾਂ ਤਰਕੇ ਤੇ ਦੇਗ ਨਵਾਣੀ ਦਿਆਲਾ ਵਿੱਚ ਪਾਤਾ ਲੈ, ਕਰਤਾ ਪ੍ਰਚੰਡ ਬਸੰਤਰ ਪਾਂਬਲ ਮੈਂ ਚਾਹਤਾ ਲੈ, ਬੈਠਾ ਵਿੱਚ ਸਿੰਘ ਸ਼ੂਰਮਾ ਬਾਣੀ ਨੂੰ ਪੜਦਾ ਜੀ, ਖਾਂਦੀ ਹੈ ਦੇਵ ਵਾਲੇ ਜਾਂਦਾ ਤਨ ਸੜਦਾ ਜੀ, ਉਹ ਖਾਂਦੀ ਹੈ ਦੇਵ ਵਾਲੇ, ਹੋਣੀ ਜਿਵੇਂ ਖਦ ਖਦ ਕਰਕੇ ਹੋਣੀ ਹੈ ਜਾਣੀ ਦੀ, ਅਗਨੀ ਸਨ ਤੇਜੀ ਕਰਦੀ ਅੰਦਰ ਲੈ ਪਾਣੀ ਦੀ, ਪੈਂਦੀ ਹੈ ਧੁਨੀ ਵੀਰ ਨੂੰ ਸਿੰਘ ਦੀ ਗੁਰਬਾਣੀ ਦੀ, ਪੰਨ ਕਸਮ ਪੈਣ ਫੁਕਾਰੇ ਵਿਸ਼ਵੇ ਸਮ ਲੜਦਾ ਜੀ, ਖਾਂਦੀ ਹੈ ਦੇਵੀ ਵਾਲੇ ਜਾਂਦਾ ਤਨ ਸੜਦਾ ਜੀ, ਉਹ ਖਾਂਦੀ ਹੈ ਦੇਵੀ ਵਾਲੇ, ਚਲਦੀ ਹੈ ਐਸੀ ਤਾਂ ਦੇਖ ਸ਼ਹੀਦੀ, ਮੇਦਨੀ ਹਲਦੀ ਹੈ ਐਸਾ ਤਾਂ
ਦਾ ਜ਼ੁਲਮ ਕਹਿਰ ਦਾ ਇਹਨਾਂ ਫਿਰ ਚਲਦੀ ਹੈ ਬੁਰਾ ਦਾ ਹਾਲ ਬੁਰਾ ਦਾ ਪਾਣੀ ਨੇ ਤਰਦਾ ਜੀ ਖਾਂਦੀ ਹੈ ਦੇ ਦਿਓ ਆਏ ਜਾਂਦਾ ਤਲ ਸਰਦਾ ਜੀ ਉਹ ਖਾਂਦੀ ਹੈ ਦੇ ਦਿਓ ਆਏ ਸਰਵਾਨੂੰ ਪਿੱਛੇ ਜਿਹੜਾ ਜ਼ਿੰਦਗੀ ਨੂੰ ਲਾਉਂਦਾ ਹੈ ਮਗਰ ਉਸ ਇਨਸਾਨ ਉਹਦਾ ਬਹਿ ਕੇ ਦਿਖਾਉਂਦਾ ਹੈ ਸਿੱਖੀ ਦਾ ਰਸਤਾ ਸਿੱਖੋ ਔਖਾ ਤੇ ਆਉਂਦਾ ਹੈ ਤਾਈ ਤਰਸੀਸ ਗਈ ਜੋ ਯਾਰ ਦੀ ਵਰਦਾ ਜੀ ਖਾਂਦੀ ਹੈ ਦੇ ਦਿਓ ਆਏ ਜਾਂਦਾ ਤਲ ਸਰਦਾ ਜੀ ਉਹ ਖਾਂਦੀ ਹੈ ਦੇ ਦਿਓ ਆਏ ਗੁਰੂਆਂ ਦੀ ਮੂਰਤ ਨੂੰ ਦਿਲ ਦੇ ਵਿੱਚ ਤਾਰੀ ਬੈਠਾ ਸੋਹਣੀ ਜੀ ਸੂਰਤ ਨੂੰ ਉਹ ਕਰ ਲੈਂਦਾ ਪੂਰੀ ਆਪਣੀ ਜ਼ਰੂਰਤ ਨੂੰ ਗੁਰੂਆਂ ਦੇ ਵਚਨ ਕਹੇ ਜੋ ਉਸ ਦੇ ਖੜਦਾ ਜੀ ਖਾਂਦੀ ਹੈ ਦੇ ਦਿਓ ਵਾਲੇ ਜਾਂਦਾ ਤਲ ਸਰਦਾ ਜੀ ਉਹ ਖਾਂਦੀ ਹੈ ਦੇ ਦਿਓ ਵਾਲੇ ਰਸਤਾ ਜੋ ਆਸ਼ਕੀ ਦਾ ਮੁਸ਼ਕਿਲ ਥੇ ਆਉਂਦਾ ਜੀ ਦੇਖੋ ਪਾਪੰਦ ਸ਼ਵਾਂ ਨੂੰ ਮੁੜ ਕੇ ਯਾਰ ਦੇ ਪਿੱਛੇ ਜਿਹੜਾ ਖਲੜੀ ਲਹਾਉਂਦਾ ਜੀ ਉਹਨੂੰ ਮਰਸੂਲ ਕਹਿੰਦੇ ਸੂਲੀ ਜੋ ਚੜਦਾ ਜੀ ਖਾਂਦੀ ਹੈ ਦੇ ਯਾਰ ਜਾਂਦਾ ਤਨ ਸਰਦਾ ਜੀ ਉਹ ਖਾਂਦੀ ਹੈ ਦੇ ਯਾਰ ਹੋਇਆ ਇਹ ਪੈਦਾ ਬੰਦਾ ਰੂਪੇ ਵਿਨਾਸੀ ਚੋਂ ਗਿਆਨ ਬਿਨ ਬਚ ਨਹੀਂ ਸਕਦਾ ਜਮਾਂ ਦੀ ਫਾਸੀ ਚੋਂ ਉਹ ਤਾਂ ਫਿਰ ਨਿਕਲ ਜਾਂਦਾ ਚੱਕਰੇ ਚੌਰਾਸੀ ਚੋਂ ਛੱਡ ਕੇ ਸੰਸਾਰ ਪੱਲਾ ਗੁਰੂਆਂ ਦਾ ਫੜਦਾ ਜੀ ਖਾਂਦੀ ਹੈ ਦੇ ਗਵਾਏ ਜਾਂਦਾ ਤਨ ਸਰਦਾ ਜੀ ਉਹ ਖਾਂਦੀ ਹੈ ਦੇ ਗਵਾਏ ਆਲੂ ਸਭ ਹੋ ਗਿਆ ਪੱਲਾ ਭੁੱਜ ਕੇ ਸਰੀਰ ਜੀ ਹੋ ਗਈ ਅਸ਼ਪਨੀਰ ਲੋ ਸੋਹਣੀ ਤਸ਼ਵੀਰ ਜੀ ਜਾ ਕੇ ਤੇ ਮਤੀ ਦਾਸ ਨੂੰ ਮੇਰਾ ਅਖੀਰ ਜੀ ਆਤਮਾ ਰਾਮ ਤੇ ਵਿਸ਼ਵਾ ਕਰਤਾ ਨੂੰ ਕਰਦਾ ਜੀ ਖਾਂਦੀ ਹੈ ਦੇ ਗਵਾਏ ਜਾਂਦਾ ਤਨ ਸਰਦਾ ਜੀ ਉਹ ਖਾਂਦੀ ਹੈ ਐਤਨੀ ਬਾਤ ਕਹਿ ਕੇ ਅਸੀਂ ਸੰਗਤ ਤੋਂ ਖਿਮਾ ਚਾਹੁੰਦੇ ਹਾਂ ਕਿ ਸਮਾਂ ਹੋ ਗਿਆ ਤੇ ਕਾਫੀ ਦਾ ਜੇ ਹੋਰ ਆਇਆ ਚੱਲ ਹੋਰ ਸੁਣਾਇਆ ਜਾਂਦਾ।